ਕਰਕੇ ਕਿ ਅਸੀਂ ਕਿੰਨੇ ਬਿਲੀਅਨ ਡਾਲਰ ਇਸ ਗ੍ਰੰਥ ਨੂੰ ਕੰਡੈਮ ਕਰਨ 'ਤੇ ਲਾ ਰਹੇ ਹਾਂ, ਤੁਸੀਂ ਆਪਣੇ ਘੰਟੇ ਗਿਣੋ। ਅਤੇ ਮੈਨੂੰ 14 ਸਾਲ ਹੋ ਗਏ ਇਸ ਨੂੰ ਪੜ੍ਹਦੇ ਨੂੰ। ਤੁਸੀਂ ਸਾਰੇ ਸੱਜਣਾਂ ਨੇ, ਭੈਣ ਨੇ, ਬੀਬੀਆਂ ਨੇ ਵੇਖਿਆ ਨਹੀਂ ਹੋਣਾ, ਇਹਦਾ ਨਾਂ ਹੈ ਸ਼੍ਰੀ ਦਸਮ ਗੁਰੂ ਗ੍ਰੰਥ ਸਾਹਿਬ। ਇਹਦਾ ਨਵਾਂ ਨਾਂ ਆ ਗਿਆ ਦਸਮ ਉੱਪਰ ਸ਼੍ਰੀ ਗੁਰੂ ਗ੍ਰੰਥ ਸਾਹਿਬ, ਫਿਰ ਇਹ ਹੌਲੀ ਦਸਮ ਹਟਾ ਦੇਣਗੇ, ਇਹ ਵੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਬਣ ਜਾਏਗਾ। ਪ੍ਰੋਫੈਸਰ ਦਰਸ਼ਨ ਸਿੰਘ ਦੀ ਇੱਕ ਮੈਂ ਤੁਹਾਨੂੰ ਬੜੀ ਇਮਾਨਦਾਰੀ ਨਾਲ ਕੀਤੀ ਗੱਲ ਸੁਣਾਵਾਂ। ਅਸੀਂ 2011 'ਚ ਜਾਂ 10 ਦੇ ਵਿੱਚ ਹਰੀ ਸਿੰਘ ਲਾਵੇ ਵਾਲੇ ਨਾਲ ਦਸਮ ਗ੍ਰੰਥ 'ਤੇ ਚਰਚਾ ਕਰਨੀ ਸੀ, ਉੱਥੇ ਇਕੱਠੇ ਹੋਏ ਅਤੇ ਮੈਂ ਕਿਹਾ ਪ੍ਰੋਫੈਸਰ ਤੁਸੀਂ ਦਸਮ ਗ੍ਰੰਥ ਦੇ ਕੀਰਤਨ ਕਰਦੇ ਰਹੇ ਹਾਂ, ਤੁਸੀਂ ਕਿੱਦਾਂ ਫਸ ਗਏ? ਉਹ ਕਹਿਣ ਲੱਗੇ ਸਾਡੀ ਬੇੜੀ ਦੇ ਵਿੱਚ ਵੱਟੇ ਪਾਏ ਅੰਮ੍ਰਿਤ ਕੀਰਤਨ ਪੋਥੀ ਨੇ, ਅਸੀਂ ਦਸਮ ਗ੍ਰੰਥ ਦੇਖਿਆ ਹੀ ਤੱਕ ਨਹੀਂ ਸੀ। ਪ੍ਰੋਫੈਸਰ ਸਾਹਿਬ ਉਹਨਾਂ ਨੇ 2011 ਤੱਕ ਵੀ ਨਹੀਂ ਸੀ ਦੇਖਿਆ, ਮੈਂ ਲੈ ਕੇ ਗਿਆ ਸੀ ਤੁਹਾਡੇ ਇੱਧਰ। ਇੱਕ ਬਾਬਾ ਵਿਰਸਾ ਸਿੰਘ ਹੋਇਆ ਦਿੱਲੀ 'ਚ, ਜਿਹੜਾ ਸਰਕਾਰ ਦਾ ਸਭ ਤੋਂ ਵੱਡਾ ਪਿੱਠੂ, ਉਹ ਮੇਰੇ ਪਿੰਡਾਂ ਦੇ ਨੇੜਲਾ ਮੁਕਤਸਰ ਦਾ ਕੋਈ ਸੱਜਣ ਇੱਥੇ ਬੈਠਾ ਹੋਵੇ ਤਾਂ ਉਹ ਜਾਣਦਾ ਹੋਵੇਗਾ, ਸਰਾਵਾਂ ਬੋਦਲੇ ਪਿੰਡ ਹੈ। ਅਤੇ ਬੋਦਲੇ ਕਿਹਨੂੰ ਕਹਿੰਦੇ ਆ? ਬੋਦਲੇ ਉਹਨਾਂ ਨੂੰ ਕਹਿੰਦੇ ਆ ਜਿਹੜੇ ਹਲਕਿਆਂ ਨੂੰ ਗਲ ਲਾਉਂਦੇ ਆ। ਪੁਰਾਣੇ ਜ਼ਮਾਨੇ 'ਚ ਹਲਕੇ ਕੁੱਤਾ ਵੱਢ ਕੇ ਤਾਂ ਬੰਦਾ ਮਰ ਜਾਂਦਾ ਸੀ, ਅਤੇ ਅਸੀਂ ਸੋਚਦੇ ਸੀ ਵੀ ਇਹਦਾ ਇਲਾਜ ਟੂਣਾ ਕਰਨਾ ਹੋ ਜਾਂਦਾ, ਅਤੇ ਉਹ ਬੋਦਲੇ ਟੂਣਾ ਕਰਦੇ ਸੀ। ਇਹ ਉਸ ਪਿੰਡ ਦਾ ਇੱਕ 4th or 5th ਚੋਂ ਹਟ ਕੇ ਭੱਜਿਆ ਹੋਇਆ ਸਾਧ, ਜਿਹਨੇ 35 acres ਜ਼ਮੀਨ 'ਤੇ ਮਹਿਰੋਲੀ ਦੇ ਕੋਲ ਕਬਜ਼ਾ ਕਰਕੇ ਗੋਬਿੰਦ ਸਦਨ ਬਣਾਇਆ। ਜਦੋਂ ਤੁਹਾਡਾ ਵਜੂਦ ਵੱਧ ਜਾਂਦਾ, ਫਿਰ ਸਰਕਾਰ ਤੁਹਾਨੂੰ ਪੱਠੇ ਪਾਉਣ ਲੱਗ ਪੈਂਦੀ ਹੈ, ਕਿਉਂਕਿ ਤੁਸੀਂ ਆਪਣੇ ਪੱਠੇ ਆਪ ਖਾ ਹੀ ਨਹੀਂ ਸਕਦੇ, ਤੁਹਾਡਾ ਪੇਟ ਨਹੀਂ ਭਰਦਾ। ਪੇਟ ਵੱਡੋ, ਜਦੋਂ ਢਿੱਡ ਵੱਡਾ ਹੋ ਜਾਣਾ, ਫਿਰ ਸਾਰਿਆਂ ਨੂੰ ਪੱਠੇ ਪਾਉਣੇ ਪੈਂਦੇ, ਉਹ ਸਰਕਾਰਾਂ ਹੀ ਪਾਉਂਦੀਆਂ ਕਰੋੜਾਂ 'ਚ। ਉਸਨੇ 250 ਬੀੜਾਂ ਛਾਪ ਕੇ ਸਿੱਖਾਂ 'ਚ ਵੰਡੀਆਂ, ਅਤੇ 2006 ਦੇ ਵਿੱਚ ਇਹਨਾਂ ਨੇ ਸ਼੍ਰੋਮਣੀ ਕਮੇਟੀ ਵਾਲਿਆਂ ਨੇ, ਜਿੱਥੇ ਅਸੀਂ ਹੁਣ ਤੱਕ ਚਰਚਾ ਕਰ ਚੁੱਕੇ ਹਾਂ ਵੀ ਇਸ ਗੁਰੂ ਦੇ ਬਰਾਬਰ ਕਿਸੇ ਹੋਰ ਗ੍ਰੰਥ ਦਾ, ਧਾਰਮਿਕ ਪੁਸਤਕ ਦਾ ਪ੍ਰਕਾਸ਼ ਨਹੀਂ ਕੀਤਾ ਜਾ ਸਕਦਾ, ਉੱਥੇ ਜਿਹਨਾਂ ਨੇ ਇਹਦਾ ਦਸਮ ਗ੍ਰੰਥ ਦਾ ਭੋਗ ਪਾਇਆ। ਮੈਂ 2002 'ਚ ਪਹਿਲੀ ਵਾਰ ਤੁਹਾਡੇ ਇੱਧਰ ਰੋਚੈਸਟਰ ਤੋਂ ਅੱਗੇ ਕੋਈ ਸ਼ਹਿਰ ਆਉਂਦਾ ਜਦੋਂ ਨਿਊਯਾਰਕ ਤੋਂ ਜਾਂਦੇ ਹਾਂ, ਹੈ ਨਹੀਂ ਬਫਲੋ ਨਹੀਂ, ਰੋਚੈਸਟਰ ਤੋਂ ਅੱਗੇ ਥੋੜ੍ਹਾ ਸੈਰਾਕੂਜ਼, ਪ੍ਰੋਫੈਸਰ ਸੀ ਗੁਰਬਚਨ ਸਿੰਘ ਸੈਰਾਕੂਜ਼, ਜਿਹੜਾ ਬਾਬਾ ਵਿਰਸਾ ਸਿੰਘ ਦਾ ਰਾਈਟ ਹੈਂਡ, ਦਸਮ ਗ੍ਰੰਥ ਨੂੰ ਪ੍ਰਮੋਟ ਕਰਨ ਵਾਸਤੇ ਬਾਹਰ ਛੱਡਿਆ ਸੀ। ਉਹਦਾ ਲੇਖ ਮੈਂ ਪੜ੍ਹ ਕੇ ਫਿਰ ਮੈਂ ਇਹ ਲੈ ਕੇ ਆਇਆ 2002 ਤੋਂ ਇਹਨੂੰ, ਜਦੋਂ ਉਸ ਤੋਂ ਪਹਿਲਾਂ ਮੇਰੀ ਖੁਸ਼ਕਿਸਮਤੀ ਕਹੋ ਕਿ ਮੈਂ ਗਿਆਨੀ ਭਾਗ ਸਿੰਘ ਅੰਬਾਲਾ ਉਹਨਾਂ ਦੀ ਕਿਤਾਬ ਪੜ੍ਹੀ ਹੋਈ ਸੀ ਦਸਮ ਗ੍ਰੰਥ ਨਿਰਣੇ, ਅਤੇ ਇੱਕ ਆਪਣੇ ਫੀਲਡ ਕੂਚਾਗੰਜ ਲੁਧਿਆਣੇ ਦੇ ਵਿੱਚ ਲਿਟਰੇਚਰ ਛਾਪਦੇ ਆ ਮਿਸ਼ਨਰੀ ਕਾਲਜ ਵਾਲੇ, ਉਹਨਾਂ ਦਾ ਇੱਕ ਪੈਂਫਲੇਟ ਛੋਟਾ ਪੜ੍ਹਿਆ ਹੋਇਆ ਸੀ, ਅਤੇ ਮੇਰੇ ਮਨ 'ਚ ਸੀ ਗੱਲ ਕਿ ਗੁਰੂ ਸਾਹਿਬ ਨੇ ਜੇ ਉਹ ਰਚਨਾ ਰਚੀ ਹੁੰਦੀ ਕੋਈ ਤਾਂ ਬਾਹਰ ਨਹੀਂ ਛੱਡ ਕੇ ਜਾਣਾ ਸੀ, ਇਸ ਕਰਕੇ ਇਹ ਬਾਅਦ ਦੇ ਵਿੱਚ ਤਿਆਰ ਕੀਤਾ ਹੋਇਆ। ਮੈਂ ਤੁਹਾਨੂੰ ਕਾਫੀ ਸਾਰੇ ਰੈਫਰੈਂਸ ਦੇਣੇ ਆ, ਅਤੇ ਗੱਲ ਖਾਸ ਕਰਕੇ ਮੈਂ ਜਾਤ 'ਤੇ, ਸਵਈਆਂ 'ਤੇ ਅਤੇ ਚੌਪੀ 'ਤੇ ਕਰਨੀ ਆ ਜਿਹਦੇ ਵਿੱਚ ਅਸੀਂ ਫਸੇ ਹੋਏ ਹਾਂ, ਬਾਕੀ 'ਚ ਨਹੀਂ ਫਸੇ ਹੋਏ, ਪਰ ਨਾਲ ਇਹਦੇ ਐਵੀਡੈਂਸ ਬਹੁਤ ਸਾਰੇ ਦੇਣ ਨੂੰ ਆਪਣੇ ਕੋਲ ਹੈਗੇ ਆ। ਜਦੋਂ ਮੈਂ ਇਹਦੇ ਉੱਤੇ ਕਿੰਤੂ ਕਰਾਉਂਦਾ ਸੀ ਤਾਂ ਉਹ ਗੁਰਬਚਨ ਸਿੰਘ ਫਿਰ ਲੇਖ ਲਿਖਦਾ ਸੀ, ਤਾਂ ਮੇਰਾ ਕੋਲ 2 pamphlets ਅਤੇ 1 ਗਿਆਨੀ ਭਾਗ ਸਿੰਘ ਅੰਬਾਲਾ ਦੀ ਕਿਤਾਬ ਦੇ ਨਾਲ ਨਹੀਂ ਸਰਦਾ। ਫਿਰ ਮੈਂ ਇਹ ਲਿਆ ਕੇ ਪੜ੍ਹਨਾ ਸ਼ੁਰੂ ਕੀਤਾ ਤਾਂ ਮੈਨੂੰ ਇਹ ਪਤਾ ਲੱਗਾ ਚੌਪਈ 404 ਨੇ ਚਰਿੱਤਰ ਦਾ ਅੰਗ ਹੈ, ਅਤੇ ਉੱਥੇ ਇਹਦਾ ਬੰਦ ਚੱਲਦਾ 377 ਤੋਂ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਛਾਪੇ ਕੋਠੀਆਂ ਦੇ ਵਿੱਚ 402 'ਤੇ ਜਾ ਕੇ ਐਂਡ ਕਰਦਾ। ਜਿਹੜੇ ਟਕਸਾਲ ਵਾਲੇ ਆ ਉਸ ਤੋਂ ਅੱਗੇ ਹੋਰ ਪੜ੍ਹਦੇ
ਅਕਾਲ ਤਖਤੀਆਂ ਨੇ ਕਿਉਂ ਬੰਦ ਕੀਤਾ? ਪਹਿਲੀ ਗੱਲ ਅਕਾਲ ਤਖਤ ਦਾ ਲਫ਼ਜ਼ ਆ ਗਿਆ, ਮੈਂ ਤੁਹਾਨੂੰ ਦੱਸਾਂ ਵੀ ਮਾਨ ਸਿੰਘ ਨਾਭਾ ਦਾ ਮਹਾਨ ਕੁਛ ਪੜ੍ਹੋ। 1923 'ਚ ਉਹਨਾਂ ਨੇ ਲਿਖਣ ਸ਼ੁਰੂ ਜਾਂ 25 'ਚ ਕੰਪਲੀਟ ਕੀਤਾ ਜਾਂ 30 'ਚ, 1930 ਤੱਕ ਕੰਪਲੀਟ ਹੋਇਆ ਮਹਾਨ ਕੁਛ। ਉਹਦੇ ਵਿੱਚ ਅਕਾਲ ਤਖਤ ਨਾਂ ਨਹੀਂ ਹੈ। ਔਰ ਜੇ ਜ਼ਿਆਦਾ ਜਾਣਕਾਰੀ ਲੈਣਾ ਚਾਹੁੰਦੇ ਹਾਂ ਤਾਂ ਇਹਦੇ ਬਾਰੇ ਇੱਕ ਕਿਤਾਬ ਡਾਕਟਰ ਇਕਬਾਲ ਸਿੰਘ ਚੰਡੀਗੜ੍ਹ ਵਾਲਿਆਂ ਨੇ ਛਾਪੀ ਹੈ, ਭਾਸ਼ਾ ਵਿਭਾਗ ਦੇ ਵਿੱਚ ਉਹ ਰਿਟਾਇਰ ਹੋਏ ਆ, ਉਹਦੇ 'ਤੇ ਸ਼੍ਰੋਮਣੀ ਕਮੇਟੀ ਨੇ ਕੇਸ ਵੀ ਕੀਤਾ ਹੋਇਆ, ਹਾਰ ਜਾਏਗੀ। ਉਹਨੇ ਵਿਦ ਇਫੈਕਟ ਸਾਫ ਕੀਤਾ ਹੋਇਆ ਤੁਸੀਂ ਅਕਾਲ ਤਖ਼ਤ। ਆਪਾਂ ਇੱਕ ਲਫ਼ਜ਼ ਦਾ ਚੀਰ ਫਾੜ ਕਰੀਏ, ਅਕਾਲ ਦਾ ਤਖ਼ਤ ਕੋਈ ਨਹੀਂ ਬਣਾ ਸਕਦਾ। ਅਤੇ ਤਖ਼ਤ ਹੁੰਦਾ ਬੈਠਣ ਵਾਲਾ, ਤਖ਼ਤ ਏ ਤਾਊਸ, ਮਹਾਰਾਜਾ ਰਣਜੀਤ ਸਿੰਘ ਦੀ ਕੁਰਸੀ, ਕੁਰਸੀ ਨੂੰ ਅਸੀਂ ਮਹਾਰਾਜਾ ਰਣਜੀਤ ਸਿੰਘ ਦਾ ਤਖ਼ਤ ਕਹਿੰਦੇ ਹਾਂ, ਬਿਲਡਿੰਗ ਤਖ਼ਤ ਨਹੀਂ ਹੁੰਦੀ। ਅਤੇ ਅਕਾਲ ਪੁਰਖ ਦਾ ਤਖ਼ਤ ਕੋਈ ਬਣਾ ਨਹੀਂ ਸਕਦਾ। ਅਸੀਂ ਜੇ ਅੱਖਰਾਂ ਦੀ ਚੀਰ ਫਾੜ ਕਰੀਏ, ਤੁਹਾਨੂੰ ਆਪਣੇ ਆਪ ਪਤਾ ਲੱਗੂਗਾ ਕਿ ਸਾਨੂੰ ਕਿੱਦਾਂ ਇਹ ਭਰਮ ਜਾਲ 'ਚ ਫਸਾਈ ਜਾ ਰਹੀ ਹੈ। ਹੁਣ ਮੈਂ ਇਹਦੇ ਹਿਸਟੋਰੀਕਲ ਪੱਖ ਦੀ ਪਹਿਲਾਂ ਗੱਲ ਕਰਾਂ। ਸਭ ਤੋਂ ਪਹਿਲਾਂ ਸਾਨੂੰ ਗੁਰੂ ਸਾਹਿਬ ਦੇ ਨਾਲ ਸੰਬੰਧਿਤ ਸਮੇਂ ਦੇ ਜਿਹੜੇ ਲਿਖਾਰੀ ਹੋਏ ਹੈ ਇਹ ਵੇਖਣਾ ਪੈ ਗਿਆ ਕਿ ਉਹਨਾਂ ਦੀਆਂ ਕਿਤਾਬਾਂ ਦੇ ਵਿੱਚ ਕੀ ਦਸਮ ਗ੍ਰੰਥ ਦਾ ਨਾਂ ਆਉਂਦਾ, ਗੁਰੂ ਸਾਹਿਬ ਦੀ ਬਾਣੀ ਦੇ ਲਿਖਣ ਦਾ ਕੋਈ ਜ਼ਿਕਰ ਹੈ। ਗੁਰੂ ਸਾਹਿਬ ਦੇ ਸਮਕਾਲੀ ਹੈਗੇ ਹੈ ਭਾਈ ਨੰਦ ਲਾਲ। ਇਹਦੇ ਵਿੱਚ ਜਦੋਂ ਤੁਸੀਂ ਰਹਿਤਨਾਮੇ ਵੇਖੋਗੇ, ਇਹ ਦੋ ਕਿਤਾਬਾਂ ਛੋਟੀਆਂ, ਭੈਣੋ ਸਿੱਖੀ ਨੂੰ ਤੁਸੀਂ ਬਚਾਉਣਾ ਹੈ, ਅਸੀਂ ਤਾਂ ਗੱਲਾਂ ਕਰਨ ਵਾਲੇ ਬੰਦੇ ਹੁੰਦੇ ਹਾਂ, ਜੇ ਤੁਸੀਂ ਪੜ੍ਹ ਲਿਆ ਕੁਛ, ਤੁਸੀਂ ਆਪਣੇ ਬੱਚਿਆਂ ਨੂੰ ਦੱਸ ਦਿੱਤਾ, ਉਹ ਕੰਮ ਕਰੇਗਾ। ਬੱਚਾ ਪਹਿਲਾਂ ਮਾਂ ਦੀ ਗੱਲ ਮੰਨਦਾ, ਪਿਓ ਦੀ ਗੱਲ ਬਾਅਦ 'ਚ ਮੰਨਦਾ। ਜਦੋਂ ਤੁਸੀਂ ਕਦੇ ਥੱਪੜ ਮਾਰਦੇ ਠਾ ਕੱਢਦੇ, ਉਦੋਂ ਮੈਂ ਭੱਜ ਕੇ ਬਾਪੂ ਕੋਲ ਜਾਣਾ, ਅਦਰਵਾਈਜ਼ ਤੁਹਾਡੀ ਗੋਦ 'ਚ ਹੀ ਆਉਂਦੇ। ਬਿਲਕੁਲ ਸੱਚੀ ਗੱਲ ਹੈ, ਤੁਸੀਂ ਜੇ ਸਿੱਖੀ ਨੂੰ ਬਚਾਉਂਗੀਆਂ ਤਾਂ ਬਚੇਗੀ ਸਿੱਖੀ, ਨਹੀਂ ਤਾਂ ਨਹੀਂ। ਇਹ ਦੋ ਛੋਟੀਆਂ ਛੋਟੀਆਂ ਕਿਤਾਬਾਂ ਤੁਸੀਂ ਪੜ੍ਹੋ। ਇਹ ਕਿਤਾਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਆਪਣਾ ਸਕਾਲਰ ਅਪੁਆਇੰਟਡ ਬਾਈ ਦਿਮ ਰਣਧੀਰ ਸਿੰਘ, ਰਣਧੀਰ ਸਿੰਘ ਔਰ ਰਣਧੀਰ ਸਿੰਘ ਜੱਥੇ ਵਾਲੇ ਨਹੀਂ, ਮੈਂ ਉਹਨਾਂ ਦੀ ਵੀ ਗੱਲ ਕਰਾਂਗਾ। ਇਹ ਉਸ ਰਣਧੀਰ ਸਿੰਘ ਦੀ ਨਹੀਂ ਲਿਖੀ ਹੋਈ, ਇਹ ਰਣਧੀਰ ਸਿੰਘ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਰਿਸਰਚ ਸਕਾਲਰ 40 ਸਾਲ ਇਹ ਉਹਨੇ ਲਿਖੀ ਹੈ। ਅਤੇ ਇਸ ਕਿਤਾਬ ਦਾ ਜੇ ਮੈਂ 23 ਨੰਬਰ ਪੰਨਾ, ਇਹ ਬਾਬਾ ਜੀ ਪਹਿਲਾਂ ਗੁੱਸੇ ਹੋ ਰਹੇ ਸੀ, ਇਸ ਕਿਤਾਬ ਦੇ 23 ਨੰਬਰ ਪੰਨੇ ਦੇ ਉੱਤੇ ਉਹ ਲਿਖਦੇ ਆ ਕਿ ਗੁਰੂ ਸਾਹਿਬ ਦੇ ਵੇਲੇ ਕੀ ਪੜ੍ਹਿਆ ਗਿਆ ਕਿਸੇ ਨੂੰ ਕੋਈ ਪਤਾ ਨਹੀਂ। ਇਹ ਮੈਂ ਪੜ੍ਹ ਕੇ ਸੁਣਾਵਾਂਗਾ ਜਦੋਂ ਮੈਂ ਸਵਈਆਂ ਬਾਰੇ ਗੱਲ ਕਰਾਂਗਾ। ਇਸ ਕਿਤਾਬ ਦਾ 23 ਨੰਬਰ ਪੰਨਾ ਬੜਾ ਓਥੈਂਟੀਕੇਟਡ ਹੈ, ਉਹ ਡਿਸਿਸਿਵ ਹੈਗਾ, ਫੈਸਲਾ ਕੁੰਨ। ਗੱਲ ਆਪਾਂ ਭਾਈ ਨੰਦ ਲਾਲ ਦੀ ਚਲਾਈ ਸੀ, ਇਹਦੇ ਵਿੱਚ ਪਹਿਲੀਆਂ ਦੋ ਲਿਖਤਾਂ ਭਾਈ ਨੰਦ ਲਾਲ ਦੀਆਂ ਰਹਿਤਨਾਮਾ ਭਾਈ ਨੰਦ ਲਾਲ ਅਤੇ ਤਨਖਾਹਨਾਮਾ। ਰਹਿਤਨਾਮਾ 1699 ਤੋਂ ਪਹਿਲਾਂ ਦਾ ਲਿਖਿਆ ਗਿਆ, 95 'ਚ ਲਿਖਿਆ ਗਿਆ, ਉਹ ਵਿੱਚ 96 'ਚ ਲਿਖਿਆ ਗਿਆ, ਉਹ ਕਿਉਂਕਿ ਭਾਈ ਨੰਦ ਲਾਲ ਗੁਰੂ ਗੋਬਿੰਦ ਸਿੰਘ ਜੀ ਨੂੰ ਗੋਬਿੰਦ ਰਾਏ ਕਰਕੇ ਲਿਖਦੇ। ਤਨਖਾਹਨਾਮੇ 'ਚ ਉਹ ਗੁਰੂ ਗੋਬਿੰਦ ਸਿੰਘ ਜੀ ਨੂੰ ਗੋਬਿੰਦ ਸਿੰਘ ਕਰਕੇ ਲਿਖਦੇ ਹੈ। ਇਹਦਾ ਮਤਲਬ ਐਵੀਡੈਂਸ ਹੋ ਗਿਆ ਸਾਡੇ ਕੋਲ ਕਿ 99 ਦੀ ਵਿਸਾਖੀ ਨੂੰ ਗੁਰੂ ਸਾਹਿਬ ਜੀ ਨੇ ਆਪ ਵੀ ਖੰਡੇ ਬਾਟੇ ਦੀ ਪੌੜ ਲਈ ਅਤੇ ਦੂਜਿਆਂ ਨੂੰ ਵੀ ਦਿੱਤੀ। ਇਹ ਇਹਦੇ ਵਿੱਚ ਦਸਮ ਬਾਣੀ ਦਾ ਜ਼ਿਕਰ ਨਹੀਂ। ਇਸ ਤੋਂ ਬਾਅਦ ਇਹਨਾਂ ਦਾ ਸੈਨਾਪਤੀ, ਕਵੀ ਸੈਨਾਪਤੀ, ਉਹਨਾਂ ਦਾ ਗ੍ਰੰਥ ਹੈ ਗੁਰਸੋਭਾ ਗ੍ਰੰਥ। ਮਾਫ ਕਰਾਂ ਮੈਂ ਦੱਸਦਿਆਂ ਵੀ ਮੈਂ ਖੜ੍ਹਾ ਹੋ ਕੇ ਕਿਉਂ ਬੋਲ ਰਿਹਾ, ਸਵੇਰ ਦੇ ਬੈਠਿਆਂ ਬੈਠਿਆਂ ਦੀਆਂ ਲੱਤਾਂ ਥੱਕਦੀਆਂ, ਕੋਈ ਸੱਜਣ ਸੋਚਦੇ ਹੋਣ ਵੀ ਇਹ ਖੜ੍ਹਾ ਹੋ ਕੇ ਬੋਲ ਰਿਹਾ, ਨਾਲੇ ਜਦੋਂ ਲੜਾਈ ਲੜਨੀ ਹੋਵੇ ਨਾ ਫਿਰ ਖੜ੍ਹੇ ਹੋ ਕੇ ਲੜੀ ਜਾਂਦੀ, ਬੈਠਿਆਂ ਤੋਂ ਨਹੀਂ ਲੜੀ।
ਕਵੀ ਕਵੀ ਦਾ ਜਿਹੜਾ ਗੁਰਸ਼ੋਭਾ ਗ੍ਰੰਥ ਹੈ ਉਹਦੇ 'ਚ ਦਸਵਾਂ ਗ੍ਰੰਥ ਦਾ ਕੋਈ ਜ਼ਿਕਰ ਨਹੀਂ। ਗੁਰੂ ਸਾਹਿਬ ਦਾ ਸਮਕਾਲੀ ਹੈ, ਗੁਰੂ ਸਾਹਿਬ ਚੜ੍ਹਾਈ ਕਰਦੇ 1708 'ਚ ਅਤੇ 1711 ਦੇ ਵਿੱਚ ਪ੍ਰੋਫੈਸਰ ਗੰਡਾ ਸਿੰਘ ਹਿੰਦੁਸਤਾਨ ਦੀ ਗੌਰਮੈਂਟ ਦਾ ਜਿਹੜਾ ਪ੍ਰਮਾਣਿਤ ਹਿਸਟੋਰੀਅਨ ਹੈ, ਇਹ ਉਹਦੀ ਗੱਲ ਸੀ ਕਿ ਇਹ ਕਵੀ ਜਿਹੜਾ ਸੈਨਾਪਤੀ ਦਾ ਗ੍ਰੰਥ ਹੈ 1711 'ਚ ਕੰਪਲੀਟ ਹੁੰਦਾ। ਉਸ ਤੋਂ 30 ਸਾਲ ਬਾਅਦ 50 ਸਾਖੀਆਂ ਦੀਆਂ ਸੇਵਾ ਅਰਦਾਸ ਦੀਆਂ, ਗੁਰੂ ਦੀਆਂ ਸਾਖੀਆਂ ਨਾਲ ਹੀ ਮਸ਼ਹੂਰ ਹੈ। ਪਹਿਲੇ 9 ਗੁਰੂਆਂ ਬਾਰੇ 2-2 ਸਾਖੀਆਂ ਚੱਲਦੀਆਂ, ਗੁਰੂ ਗੋਬਿੰਦ ਸਿੰਘ ਜੀ ਇਕੱਲਿਆਂ ਬਾਰੇ 32 ਸਾਖੀਆਂ। 32 ਸਾਖੀਆਂ ਦੇ ਵਿੱਚ ਉਹ ਕਿਤੇ ਵੀ ਦਸਮ ਪਿਤਾ ਦੀ ਬਾਣੀ ਦਾ ਜ਼ਿਕਰ ਨਹੀਂ ਕਰਦਾ। ਅਤੇ ਹੁਣ ਮੈਂ ਤੁਹਾਨੂੰ ਸਵਾਲ ਇਹ ਪਾਉਣਾ ਚਾਹੁੰਦਾ, ਬਈ ਜੇ ਬਾਣੀ ਲਿਖਣ ਵਾਲਾ ਹੀ ਗੁਰੂ ਹੋ ਸਕਦਾ ਹੈ ਤਾਂ ਫਿਰ 6ਵੇਂ ਗੁਰੂ ਬਾਰੇ, 7ਵੇਂ ਬਾਰੇ, 8ਵੇਂ ਬਾਰੇ ਤੁਸੀਂ ਕੀ ਕਹੋਗੇ? ਸਾਡਾ ਗੁਰੂ ਉਹ ਹੈ ਜਿਹੜਾ ਸਾਡੇ ਸਾਹਮਣੇ ਆਪਣਾ ਕੰਮ ਕਰਕੇ ਦਿਖਾਉਂਦਾ ਹੈ ਸਾਨੂੰ ਕਿਸ ਮੰਜ਼ਿਲ 'ਤੇ ਲੈ ਕੇ ਜਾ ਰਿਹਾ। ਗੁਰੂ ਨਾਨਕ ਸਾਹਿਬ ਦੇ ਜਿਹੜੇ ਨਿਰਮਲ ਪੰਥ ਚਲਾਏ ਨੂੰ ਕਿੱਧਰ ਨੂੰ ਤੋਰ ਰਿਹਾ। ਮੈਂ ਲਾਲਾ ਦੌਲਤ ਰਾਏ ਦੀ ਕਿਤਾਬ ਥੋੜ੍ਹੇ ਦਿਨ ਪਹਿਲਾਂ ਪੜ੍ਹੀ, ਉਹਦੇ 'ਚ ਕੁਝ ਗਲਤ ਵੀ ਹੈ ਕੁਝ ਠੀਕ ਵੀ ਹੈ, ਪਰ ਮੈਂ ਤੁਹਾਡੇ ਸਾਹਮਣੇ ਕੁਝ ਠੀਕ ਗੱਲਾਂ ਰੱਖਣੀਆਂ ਚਾਹੁੰਦਾ। ਉਹ ਕਹਿੰਦਾ ਇਹ ਮੇਰੇ ਦੇਸ਼ ਦੀ ਖੁਦ ਗਰਜ ਕੌਮ ਹੈ, ਹਿੰਦੂ ਕੌਮ ਨੂੰ ਸੰਬੋਧਨ ਕਰਕੇ ਲਿਖ ਰਿਹਾ, ਇਹ ਬਿਸ਼ਰਮ ਕੌਮ ਹੈ, ਤੇਰੇ ਜਿਹਾ ਗੀਦੜ ਕੋਈ ਨਹੀਂ ਹੈ ਜਿਸਨੇ ਗੁਰੂ ਗੋਬਿੰਦ ਸਿੰਘ ਜੀ ਦੀ ਕਲਗੀ ਦੇ ਉੱਤੇ ਚੀਕੜ ਉਛਾਲਿਆ। ਇਹ ਲਾਲਾ ਦੌਲਤ ਰਾਏ ਦੀ ਕਿਤਾਬ ਪੜ੍ਹਨ ਵਾਲੀ ਹੈ, ਥੋੜ੍ਹਾ ਜਿਹਾ ਧਿਆਨ ਨਾਲ, ਕਿਉਂਕਿ ਉਹ ਜ਼ਮਾਨਾ ਹੀ ਐਸਾ ਸੀ ਉਸ ਵੇਲੇ ਉਹਨਾਂ ਨੂੰ ਨਹੀਂ ਪਤਾ ਸੀ ਕਿ 10 ਗ੍ਰੰਥ ਉਹਨੇ ਵੀ ਨਹੀਂ ਪੜ੍ਹਿਆ। ਇੱਕ ਹੋਰ ਗੱਲ, ਅਸੀਂ ਆਪਾਂ ਕਹਿੰਦੇ ਹਾਂ ਜੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਯਾਦ ਸ਼ਕਤੀ ਤੋਂ ਗੁਰੂ ਗ੍ਰੰਥ ਸਾਹਿਬ ਫਿਰ ਤੰਦਮੇ ਬੈਠ ਕੇ ਲਿਖਵਾਇਆ। ਇਹ ਮੈਂ ਕਿਸੇ ਸਰੋਤੇ 'ਤੇ ਕਿੰਤੂ ਪ੍ਰੰਤ ਨਹੀਂ ਕਰਿਆ, ਕਿਉਂਕਿ ਹਰ ਇੱਕ ਦੀ ਆਪਣੀ ਆਪਣੀ ਸਟੱਡੀ ਹੁੰਦੀ ਹੈ। ਪ੍ਰਿੰਸੀਪਲ ਹਰਭਜਨ ਸਿੰਘ ਅੱਜ ਕੱਲ੍ਹ ਨਹੀਂ ਹੈਗੇ, ਚੜ੍ਹਾਈ ਕਰ ਚੁੱਕੇ ਆ। ਸ਼ਹੀਦ ਸਿੱਖ ਮਿਸ਼ਨਰੀ ਕਾਲਜ ਅੰਮ੍ਰਿਤਸਰ ਦੇ ਉਹ ਪ੍ਰਿੰਸੀਪਲ ਵੀ ਰਹੇ ਆ, ਅਵਤਾਰ ਸਿੰਘ ਮਿਸ਼ਨਰੀ ਹੁਣ ਉਹਨਾਂ ਨੂੰ ਜਾਣਦੇ ਵੀ ਆ, ਮਿਲੇ ਵੀ ਅਤੇ ਮੈਂ ਵੀ ਮਿਲਿਆ। ਉਹਨਾਂ ਦੀ ਕਿਤਾਬ ਹੈਗੀ ਹੈ ਗੁਰੂ ਗ੍ਰੰਥ ਸੰਪਾਦਨਾ ਦਿਵਸ, ਉਹ ਪੜ੍ਹੋ। ਗੁਰੂ ਤੇਗ ਬਹਾਦਰ ਸਾਹਿਬ ਆਪਣੀ ਬਾਣੀ ਆਪ ਜਿਹੜੀ ਢੱਕ ਕੇ ਵੀੜ ਅੱਜ ਵੀ ਅਵੇਲੇਬਲ ਹੈ, ਅਤੇ ਉਹ ਗੁਰੂ ਸਾਹਿਬ ਦੀ ਸ਼ਹਾਦਤ ਤੋਂ ਪਹਿਲਾਂ ਲਿਖੀ ਗਈ ਹੈ। ਉਹਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਥਾਂ ਪੁਰ ਥਾਂ ਆਪਣੀ ਬਾਣੀ ਐਡ ਕਰਕੇ ਗਏ ਹੈ। ਕਾਰਨ ਕੀ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਇਹ ਗੱਲਾਂ ਜੋੜੀਆਂ ਗਈਆਂ? ਕਿਉਂਕਿ ਲੋਕ ਇਹ ਜਿਹੜੀਆਂ ਪੰਜਾਬ ਦੇ ਵਿੱਚ ਵੀੜਾਂ ਸੀ, ਕਿਉਂਕਿ ਗੁਰੂ ਸਾਹਿਬ ਨੂੰ ਆਉਂਦਿਆਂ ਨੂੰ ਗੁਰੂ ਸਾਹਿਬ ਦੀਆਂ ਤਿੰਨ ਵਾਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਅਰੈਸਟ ਕੀਤਾ ਗਿਆ 1665, 70 ਅਤੇ 75, ਅਤੇ 75 ਦੇ ਵਿੱਚ ਉਹਨਾਂ ਦੀ ਸ਼ਹੀਦੀ ਹੋ ਜਾਂਦੀ, ਛੱਡਿਆ ਨਹੀਂ ਜਾਂਦਾ। ਗੁਰੂ ਸਾਹਿਬ ਆਪਣੀ ਬਾਣੀ ਆਪ ਐਂਟਰ ਕਰਕੇ ਗਏ, ਜਿਹੜੀਆਂ ਪੰਜਾਬ ਦੀਆਂ ਬੀੜਾਂ ਸੀ ਉੱਥੇ ਉਹਨਾਂ ਨੂੰ ਐਂਟਰ ਕਰਨ ਦਾ ਸਮਾਂ ਨਹੀਂ ਮਿਲਿਆ। ਗੁਰੂ ਗੋਬਿੰਦ ਸਿੰਘ ਜੀ ਦੇ ਕੋਲ ਬੀੜਾਂ ਗੁਰੂ ਅਰਜਨ ਪਾਤਸ਼ਾਹ, ਜੇ ਤੁਸੀਂ ਕੇਸਰ ਸਿੰਘ ਛਿੱਬਰ ਦਾ ਕਦੇ ਕਦੇ ਛੋਟੇ ਛੋਟੇ ਨਾ 2-3 ਮੇਰੇ ਇਹ ਕਿਤਾਬ 2-3 ਡਾਲਰ, ਇਹ ਕਿਤਾਬ 5 ਡਾਲਰ, 2-3 ਡਾਲਰ, ਇੱਦਾਂ ਮੈਂ 10-20 ਕਿਤਾਬਾਂ ਤੁਸੀਂ ਇਕੱਠੀਆਂ ਕਰ ਲਓ, ਮੈਂ ਤੁਹਾਨੂੰ ਨਾਂ ਦੱਸ ਕੇ ਜਾਵਾਂਗਾ। ਤੁਹਾਡੇ ਗਿਆਨ 'ਚ ਇੰਨਾ ਕੁ ਵਾਧਾ ਹੋ ਜਾਏਗਾ ਕਿ ਚੰਗਾ ਤਕੜਾ ਪ੍ਰੋਫੈਸਰ ਤੁਹਾਡਾ ਮੁਕਾਬਲਾ ਨਹੀਂ ਕਰੇਗਾ। ਜਦੋਂ ਹਰੀ ਸਿੰਘ ਰੰਧਾਵੇ ਵਾਲੇ ਕੋਲ ਅਸੀਂ ਚੱਲ ਕੇ ਬੈਠ ਗਏ ਨਾ, ਤਾਂ ਉਹ ਸਟੇਜ ਤੋਂ ਉਤਰ ਗਿਆ ਸੀ, ਤੁਹਾਨੂੰ ਯਾਦ ਹੋਏਗਾ ਕਿ ਨਿਊਯਾਰਕ ਦੀ ਸਟੇਜ 'ਤੇ ਬੈਠ ਕੇ ਕਹਿੰਦਾ ਮੈਂ ਤੁਹਾਡੇ ਨਾਲ ਡਿਸਕਸ਼ਨ ਨਹੀਂ ਕਰਨੀ ਕਿਉਂਕਿ ਅਕਾਲ ਤਖ਼ਤ ਦਾ ਹੁਕਮ ਹੈ, ਵੀ 10 ਗ੍ਰੰਥ ਬਾਰੇ ਗੱਲ ਨਹੀਂ ਕਰਨੀ। ਔਰ ਇੱਕ ਦਿਨ ਪਹਿਲਾਂ ਉਹਨੇ ਚੈਲੇਂਜ ਕੀਤਾ ਸੀ, ਤਾਂ ਹੀ ਅਸੀਂ ਫਲਾਈਟ ਫੜ ਕੇ ਉੱਥੇ ਗਏ ਸੀ, ਨਹੀਂ ਸਾਡਾ ਕੀ ਸਿਰ ਧੋਤਾ ਸੀ ਵੀ ਅਸੀਂ ਨਿਊਯਾਰਕ ਜਾਣਾ। ਗੁਰੂ ਸਾਹਿਬ ਦੇ ਲਿਖਾਰੀ ਜਿਹੜੇ ਗੁਰੂ ਅਰਜਨ ਪਾਤਸ਼ਾਹ ਦੇ ਵੇਲੇ ਇਕੱਲਾ ਭਾਈ ਗੁਰਦਾਸ ਨਹੀਂ ਸੀ ਲਿਖਾਰੀ, ਭਾਈ ਗੁਰਦਾਸ ਇੱਕ ਮੇਨ
ਪੋਥੀ ਤਿਆਰ ਕਰਦਾ ਸੀ ਉਹਦੀਆਂ ਕਾਪੀਆਂ ਕਰਨ ਵਾਸਤੇ ਅੱਗੇ ਨਾਲ ਚਾਰ ਬੰਦੇ ਹੋਰ ਲੱਗੇ ਸੀ। ਇਹ ਗੱਲ ਕਿਉਂ ਉਡਾਈ ਜਾਂਦੀ ਹੈ, ਇਹਦੇ ਕਾਰਨ ਹੁੰਦੇ ਨੇ। ਗੁਰੂ ਸਾਹਿਬ ਨੇ ਬਾਣੀ ਤੋਂ ਠੀਕ ਕਰਾਈ। ਤੁਸੀਂ ਵੇਖੋ ਵੀ ਇਹ ਕਿੱਡਾ ਵੱਡਾ ਕਲੰਕ ਹੈ ਸਾਡੇ ਪਹਿਲੇ ਚਾਰ ਗੁਰੂਆਂ 'ਤੇ। ਅਸੀਂ ਸੋਚਦੇ ਨਹੀਂ ਹਾਂ ਬੈਠ ਕੇ, ਅਸੀਂ ਗੁਰੂ ਨਾਨਕ ਸਾਹਿਬ ਨੂੰ ਅਲਗਰਜ ਜਾਂ ਕੋਈ ਬੇਤਰਤੀਬਾ ਬੰਦਾ ਸਾਬਤ ਕਰਦੇ ਰਹੇ, ਉਹਨੇ ਬਾਣੀ ਕੁਛ ਉੱਥੇ ਸਿੜਤੀ ਕੁਤੋਂ ਉੱਥੇ ਸਿੜਤੀ। ਤੁਸੀਂ ਅੱਜ ਘਰਾਂ 'ਚ ਬੈਠ ਕੇ, ਮੈਨੂੰ ਪਤਾ ਵੀ ਬਹੁਤ ਸਾਰੀਆਂ ਪੈਣਾਂ 2-4 ਟੋਟ ਕੇ ਜ਼ਰੂਰ ਲਿਖਦੀਆਂ ਹੋਣਗੀਆਂ, ਪਰ ਕਦੇ ਕਿਸੇ ਨੇ ਉਹ ਪਰਚੀ ਸੁੱਟੀ ਹੈ? ਨਹੀਂ, ਆਪਣੇ ਪਰਸ 'ਚ ਰੱਖਦੀਆਂ। ਕਿ ਗੁਰੂ ਨਾਨਕ ਸਾਹਿਬ ਜਿਨ੍ਹਾਂ ਨੇ 35,000 ਕਿਲੋਮੀਟਰ ਦਾ ਪੈਣਾ ਉਹ 25 ਸਾਲ ਤੱਕ ਤੁਰੇ ਫਿਰਦੇ ਰਹੇ, ਔਰ ਇੰਨੇ ਅਮੀਰ ਆਦਮੀ ਸੀ ਉਹ ਪਟਵਾਰੀ ਦੇ ਲੜਕੇ ਨਹੀਂ ਸੀ, ਮੈਂ ਇਹ ਵੀ ਨਾਲ ਗੱਲ ਕਰਦੇ ਹਾਂ। ਉਹਨਾਂ ਦੇ ਪਿਤਾ ਜੀ ਨੂੰ ਕਹਿੰਦੇ ਆ ਮਹਿਤਾ ਕਾਲੂ ਰਾਏ। ਇੱਥੇ ਬੜੇ ਸੱਜਣ ਪੜ੍ਹੇ ਲਿਖੇ ਬੈਠੇ ਹੈ, ਪ੍ਰੋਫੈਸਰ ਕਸ਼ਮੀਰਾ ਸਿੰਘ ਦੀ ਗੱਲ ਕਰਦੇ। ਉਹਨਾਂ ਦੇ ਨਾਮ ਉਰੇ ਹੈ ਪ੍ਰੋਫੈਸਰ, ਅਤੇ ਮਹਿਤਾ ਉਹਨਾਂ ਦੀ ਜਾਤ ਨਹੀਂ ਹੈ, ਇਹ ਉਹਨਾਂ ਦਾ ਡੈਜ਼ੀਗਨੇਸ਼ਨ ਹੈ। ਤੁਸੀਂ ਸੋਚੋ ਮਹਿਤੇ ਦਾ ਮਤਲਬ ਕੀ ਹੈ? ਮਹਿਤੇ ਦਾ ਮਤਲਬ ਗੁਰਬਾਣੀ ਤੋਂ ਲੈਣਾ ਹੈ, ਅਸੀਂ ਹੋਰ ਕਿਤੋਂ ਨਹੀਂ। ਅਤੇ ਤੁਸੀਂ ਆਸਾ ਕੀ ਵਾਰ ਦਾ ਕੀਰਤਨ ਸਾਰੇ ਸੱਜਣ ਸੁਣਦੇ ਹੈ, ਲਭ ਪਾਪ ਦੋਏ ਰਾਜਾ ਮਹਿਤਾ। ਮਹਿਤਾ ਦਾ ਮਤਲਬ ਹੁੰਦਾ ਵਜ਼ੀਰ। ਗੁਰੂ ਨਾਨਕ ਪਿਤਾ ਕਿਸੇ ਪਟਵਾਰੀ ਦੇ ਲੜਕੇ ਨਹੀਂ ਸੀ, ਪਟਵਾਰੀ ਤਾਂ ਬਹੁਤ ਛੋਟਾ ਹੈ, ਵਜ਼ੀਰ ਦੇ ਲੜਕੇ ਸੀ। ਕਿ ਉਹ ਇੰਨੇ ਸਿਆਣੇ ਨਹੀਂ ਸੀ ਕਿ ਆਪਣੇ ਸ਼ਬਦ ਲਿਖਣ ਅਤੇ ਸਾਂਭ ਕੇ ਰੱਖਣ। ਗੁਰੂ ਸਾਹਿਬ ਨੇ ਹਰ ਅੱਖਰ ਆਪਣਾ ਸਾਂਭ ਕੇ ਰੱਖਿਆ, ਅਤੇ ਜਦੋਂ ਪੰਜਵੇਂ ਪਿਤਾ ਦਾ ਜਿਹੜਾ ਸ਼ਬਦ ਇੱਥੇ ਹੁਣੇ ਸਟੇਜ 'ਤੇ ਕੋਟ ਕਰਕੇ ਗਿਆ ਮਿਸ਼ਰੀ ਜੀ, ਕਹਿੰਦੇ ਪਿਓ ਦਾਦੇ ਕਾ ਡਿੱਠਾ ਖੋਲ ਖਚਾ ਖਜ਼ਾਨਾ ਤਾਂ ਮੇਰੇ ਮਨ ਭਇਆ ਲਦਾਨਾ। ਇਹਦਾ ਮਤਲਬ ਗੁਰੂ ਅਰਜਨ ਪਾਤਸ਼ਾਹ ਦੀ ਗਵਾਹੀ ਨੂੰ ਅਸੀਂ ਝੂਠੀ ਸਾਬਤ ਕਰਦੇ ਨੇ, ਜਦੋਂ ਉਹਨਾਂ ਨੇ ਸਿੱਖ ਜੀ ਸਲੰਕਾ ਤਿੱਕਰ ਭੇਜੇ ਬਾਣੀ ਇਕੱਠੀ ਕਰਨ ਵਾਸਤੇ। ਇਹਨਾਂ ਕਹਾਣੀਆਂ 'ਚੋਂ ਨਿਕਲੋ, ਇਹ ਸਾਰੀਆਂ ਕਹਾਣੀਆਂ ਝੂਠੀਆਂ ਵੀਰੋ, ਇਹਨਾਂ ਕਹਾਣੀਆਂ 'ਚ ਕੁਛ ਨਹੀਂ ਪਿਆ। ਗੁਰੂ ਨਾਨਕ ਸਾਹਿਬ ਨੇ ਜਿੰਨੀ ਧਰਤੀ ਬਾਣੀ ਨੂੰ ਦੇਣੀ ਸੀ ਸਾਰੀ ਉਹਨਾਂ ਨੇ ਆਪ ਪਹਿਲਾਂ ਕੀਤੀ ਹੈ, ਅਤੇ ਗੁਰੂ ਅਰਜਨ ਪਾਤਸ਼ਾਹ ਨੇ ਉਸੇ ਤਰਤੀਬ 'ਤੇ ਆ ਕੇ ਗੁਰੂ ਗ੍ਰੰਥ ਸਾਹਿਬ ਤਿਆਰ ਕੀਤਾ। ਬਾਣੀ ਬਾਲੋ ਅੰਦਰੋਂ ਕਿਦਰੋਂ ਇਕੱਠੀ ਨਹੀਂ ਕਰਵਾਈ ਗਈ, ਇਹ ਸਾਰੀਆਂ ਗੱਲਾਂ ਸਾਡੇ ਗੁਰੂਆਂ ਨੂੰ ਅਲਗਰ ਬੇਸਮਝ ਸਾਬਤ ਕਰਨ ਵਾਸਤੇ ਲਿਖਿਆ ਗਿਆ। ਮੈਂ ਫਿਰ ਮੁੜ ਕੇ ਆਵਾਂ ਇੱਧਰ ਦਸਮ ਗ੍ਰੰਥ ਬਾਰੇ। 50 ਸਾਖੀਆਂ ਸੇਵਾ ਦੱਸਦੀਆਂ, ਇਹਦਾ ਮਤਲਬ ਗੁਰੂ ਗੋਬਿੰਦ ਸਿੰਘ ਜੀ ਦੇ ਚਲਾਣਾ ਕਰਨ ਤੋਂ 50-60 ਸਾਲ ਬਾਅਦ ਤਿੱਕਰ ਕਿਤੇ ਵੀ ਇਸ ਦਸਮ ਗ੍ਰੰਥ ਦਾ ਨਾਂ ਨਹੀਂ ਹੈ ਕਿਤੇ ਵੀ। ਉਦੋਂ ਆ ਜਿਹੜੇ ਉਦੋਂ ਗਾਂਹ ਵਾਲੇ ਆਉਂਦੇ ਆ ਉਹਨਾਂ ਦੇ ਵਿੱਚ ਰਲਾਵਟ ਹੋਣ ਦਾ ਹੀ ਚਾਂਸਿਸ ਹੈਗੇ। ਮੈਂ ਬਾਕੀ ਦੇ ਨਾਂ ਛੱਡ ਕੇ ਫਿਰ ਮੈਂ ਗੱਲ ਕਰਾਂਗਾ। ਲੈਫਟੀਨੈਂਟ ਕਰਨਲ ਜੌਨ ਮਾਲਕਮ, ਕੁਛ ਸੱਜਣ ਇੰਟਰਨੈਟ 'ਤੇ ਬਹੁਤ ਐਕਸਪਰਟ ਇੱਥੇ ਬੈਠੇ ਆ, ਉਹਨਾਂ ਨੇ ਕਿਤਾਬ ਲਿਖੀ ਹੈ ਸਕਿਚਿਸ ਆਫ ਸਿੱਖਸ, 1812 ਦੀ ਉਹ ਪ੍ਰਿੰਟਡ ਹੈ। ਮੈਂ ਲੰਡਨ ਲਾਇਬ੍ਰੇਰੀ ਦੇ ਵਿੱਚੋਂ ਉਹਦੀ ਕਾਪੀ ਮੰਗਵਾ ਕੇ ਤੁਹਾਡੇ ਨਾਲ ਗੱਲ ਕਰਨਾ। ਮੈਂ ਬਗੈਰ ਸਕੂਲ ਦੇ ਸਟੇਜ 'ਤੇ ਖੜ ਕੇ ਕੁਝ ਨਹੀਂ ਕਰਦਾ। ਤੁਸੀਂ ਇੱਥੇ ਇੱਕ ਵਾਕਿਆ ਗੁਰਬਾਣੀ ਮੁਤਾਬਕ ਖੰਡੇ ਪਾਟੇ ਦੀ ਪੋਲ ਤਿਆਰ ਕੀਤੀ, ਤੁਹਾਨੂੰ ਛੇਕਦਾ। ਮੈਨੂੰ ਮੇਰੇ ਤਾਂ ਫਾਇਲ ਵਦੰਤੀ ਵੇਲੇ ਤੋਂ ਬਣ ਰਹੀ ਆ ਖਾਲਸਾ ਇੱਥੇ, ਮੈਨੂੰ ਨਹੀਂ ਸੱਦਾ ਆਇਆ ਕਦੇ। ਹਾਂਜੀ, ਮੈਨੂੰ ਨਹੀਂ ਸੱਦਾ ਆਇਆ ਕਦੇ। ਉਹਨਾਂ ਨੂੰ ਪਤਾ ਵੀ ਉਹਨਾਂ ਨੇ ਕੀ ਕਰਨਾ। ਤਕੜੇ ਹੋਵੋ, ਤੁਹਾਨੂੰ ਕੁਛ ਨਹੀਂ ਕਰ ਸਕਦਾ ਕੋਈ। ਕਿਸੇ ਦੀ ਕੀ ਹਿੰਮਤ ਹੈ ਕੋਈ ਮੈਨੂੰ ਮੇਰੇ ਗੁਰੂ ਨਾਲ ਤੋੜ ਦੇਵੇ? ਜਿੰਨਾ ਚਿਰ ਅਸੀਂ ਡਰਦੇ ਹਾਂ ਉਨਾ ਚਿਰ ਇਹ ਹੈਪਨਿੰਗ ਹੋਏਗੀ। ਜਦੋਂ ਅਸੀਂ ਆਕੜ ਜਾਵਾਂਗੇ ਅਗਲਾ ਢਿੱਲਾ ਹੋਏਗਾ। ਮੇਰੀਆਂ ਬੜੀਆਂ ਕੰਪਲੇਂਟਾਂ ਕੀਤੀਆਂ, ਜੋ ਮੈਂ ਲੇਖ ਲਿਖਦਾ ਹਾਂ ਤੁਹਾਡੇ ਹੱਕ 'ਚ ਇੱਕ ਲੇਖ ਲਿਖਿਆ ਸੀਗਾ, ਮਿਸ਼ਨਰੀ ਇੱਕ ਅਖਬਾਰ ਲੈ ਕੇ ਆਏ ਉਹਦੇ ਵਿੱਚ ਉਹ ਛਪਿਆ। ਹਾਂਜੀ, ਸਾਂਝੀ ਸੋਚ ਅਖਬਾਰ, ਤੁਸੀਂ ਇੰਟਰਨੈਟ 'ਤੇ ਖੋਲ੍ਹ ਕੇ ਦੇਖਿਆ ਜਾਓ। ਜਿਨ੍ਹਾਂ ਸੱਜਣਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਮੁਤਾਬਕ ਖੰਡੇ ਪਾਟੇ ਦੀ ਪੋਲ ਤਿਆਰ ਕੀਤੀ ਅਤੇ ਛਕਾਈ, ਉਹ ਕਿਵੇਂ ਪੰਥ ਧੋਖੀ ਹੋ ਗਏ? ਸਾਡੇ ਕੋਲ ਤਾਂ ਇਹ ਹੈ,
ਹੱਦ ਲੈ ਗਈ। ਅਸੀਂ ਆਪਣੇ ਗੁਰੂ ਨੂੰ ਮੰਨਣ ਡਏ ਹਾਂ, ਉਹ ਸਾਨੂੰ ਕਹਿੰਦੇ ਤੁਸੀਂ ਇਹਨੂੰ ਛੱਡੋ ਇਹਨੂੰ। ਇੱਕ ਪੰਕਤੀ ਮੈਂ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚੋਂ ਕੋਟ ਕਰਾਂ, ਜਿਨ ਗੁਰ ਗੋਪਿਆ ਆਪਣਾ ਸੇ ਨਰ ਬਰਿਆਰੀ। ਗੋਪਿਆ ਹੁੰਦਾ ਵੀ ਉਹਦੇ ਬਰਾਬਰ ਇੱਕ ਹੋਰ ਪ੍ਰਕਾਸ਼ ਕਰ ਲੈਣਾ ਅਤੇ ਰੁਮਾਲੇ ਦੇ ਦੇਣੇ, ਪਹਿਲੇ ਨੂੰ ਲਕੋ ਦੇਣਾ, ਦੂਜੇ ਨੂੰ ਕੱਢ ਲੈਣਾ। ਜੇ ਜਿਨ ਗੁਰ ਗੋਪਿਆ ਆਪਣਾ ਸੇ ਨਰ ਬਰਿਆਰੀ, ਹਰ ਜੀਓ ਤਿੰਨ ਕਾ ਦਰਸ਼ਨ ਨਾ ਕਰਿਓ, ਸੇ ਨਰ ਸੇ ਪਾਪਿਸਟ ਹਥਿਆਰੀ। ਪਾਪੀਆਂ ਤੋਂ ਵੀ ਗਾਂਹ ਵਾਲੀ ਗੱਲ ਉਹਨਾਂ ਨੂੰ ਕੀਤੀ ਹੈ, ਉਹ ਸਾਡੇ ਜਥੇਦਾਰ ਅੱਜ ਇਹ ਕਰਦੇ ਪਏ ਹੈ। ਮੈਨੂੰ ਹੋਰ ਗੱਲ ਯਾਦ ਆ ਗਈ, ਇਹ 7-8 ਸਾਲ ਪਹਿਲਾਂ ਦੀ ਗੱਲ ਹੈ। ਤੁਸੀਂ ਇਕਬਾਲ ਸਿੰਘ ਪਟਨੇ ਵਾਲੇ ਜਥੇਦਾਰ ਦਾ ਨਾਂ ਸੁਣਿਆ ਹੋਵੇਗਾ, ਮੈਂ ਉਹਦੀ ਇੰਟਰਵਿਊ ਕਰਨ ਗਿਆ, ਮੇਰੇ ਨਾਲ ਮੇਰੇ ਸੱਜਣ 2-3 ਉੱਥੇ ਹੋਰ। ਅਸੀਂ ਘਰ ਵਾਲਿਆਂ ਨੂੰ ਇਹ ਪਤਾ ਹੀ ਨਹੀਂ ਲੱਗਣ ਦਿੱਤਾ ਕਿ ਇਹ ਛੋਟਾ ਕੈਮਰਾ ਆਉਣ ਆ, ਵੀ ਤੁਸੀਂ ਯੂਟਿਊਬ 'ਤੇ ਜਾਓਗੇ, ਇਕਬਾਲ ਸਿੰਘ ਪਟਨੇ ਵਾਲੇ ਦੀ ਅਸਲੀਅਤ ਪਾ ਦਿਓ ਪੰਜਾਬੀ 'ਚ, ਤੁਹਾਡੇ ਕੋਲ ਉਹ ਆ ਜਾਏਗਾ। ਜਿਹੜੇ ਬੰਦੇ 10 ਗ੍ਰੰਥ ਦੇ ਹੱਕ 'ਚ ਭੁਗਤਦੇ ਦਿਨ ਰਾਤ, ਕਹਿੰਦੇ ਅੱਖਰ ਅੱਖਰ ਗੁਰੂ ਗੋਬਿੰਦ ਸਿੰਘ ਜੀ ਦਾ ਲਿਖਿਆ। ਮੈਂ ਉਹਨੂੰ ਕਿਹਾ ਜੀ, ਮੈਂ ਕਿਹਾ ਜਥੇਦਾਰ ਜੀ, ਅਸੀਂ ਤੁਹਾਡੇ ਨਾਲ 10 ਗ੍ਰੰਥ ਬਾਰੇ ਚਰਚਾ ਕਰਨ ਵਾਸਤੇ ਕੁਝ ਸਾਡੇ ਸਵਾਲ ਆ, ਜਵਾਬ ਦਿਓ। ਉਹ ਪਤਾ ਕੀ ਕਹਿੰਦਾ? ਕਹਿੰਦਾ ਜੀ, ਮੈਂ ਤੁਹਾਡੀ ਕਿਸੇ ਗੱਲ ਦਾ ਜਵਾਬ ਨਹੀਂ ਦਿੰਦਾ, ਮੈਂ 10 ਗ੍ਰੰਥ ਪੜ੍ਹਿਆ, ਮੈਨੂੰ ਪਤਾ ਹੈ। ਕੋਈ ਬੰਦਾ ਆ ਕੇ ਕਹੇ ਵੀ 10 ਗ੍ਰੰਥ ਬਾਰੇ ਆਪਾਂ ਚਰਚਾ ਕਰਨੀ ਹੈ, ਮੈਂ ਤਿਆਰ ਹਾਂ, ਮੈਂ ਤਿਆਰ ਹਾਂ। ਅਤੇ ਜਥੇਦਾਰ ਨੂੰ ਕੀ ਸੀ? ਅਸੀਂ 2-4-10 ਸਵਾਲ ਹੀ ਪੁੱਛਣੇ ਸੀ, ਪਰ ਉਹਦੇ ਅੰਦਰ ਕੁਝ ਨਹੀਂ ਸੀ। ਜੇ ਅੰਦਰ ਹੁੰਦਾ ਤਾਂ ਬਾਹਰ ਆਉਂਦਾ। ਉਹਨੇ ਸਾਡਾ 10 ਗ੍ਰੰਥ ਵੇਖਿਆ, ਭਾਈ ਕਾਲ ਸਿੰਘ ਰਾਭਾ ਦਾ ਮਾਨ ਕੁਛ 10-5 ਅਸੀਂ ਉਹਦੇ ਆਉਣ ਤੋਂ ਪਹਿਲਾਂ ਉਹਨਾਂ ਦੇ ਘਰੇ ਜਿਹਨਾਂ ਦੇ ਗਏ ਸੀ ਪੁੱਛ ਕੇ, ਪਹਿਲਾਂ ਹੀ ਪੂਰੀ ਸਟੇਜ ਲਾ ਕੇ। ਮੈਂ ਇੱਕ ਬੰਦੇ ਨੂੰ ਨਾਲ ਦੇ ਨੂੰ ਕਿਹਾ ਸੀ, ਜਿਸ ਤਰ੍ਹਾਂ ਆਪਣੇ ਸੁਖਦੀਪ ਸਿੰਘ ਬੈਠੇ, ਮੈਂ ਕਿਹਾ ਜਦੋਂ ਮੈਂ ਗੱਲ ਕਰਾਂਗਾ ਤੂੰ ਇਹਨੂੰ ਕੈਮਰੇ ਨੂੰ ਉਂਗਲ ਲਾ ਕੇ। ਅਸੀਂ ਉਸ ਪੂਰਾ ਉਹਦਾ ਓਪਨ ਰੱਖਿਆ ਹੋਇਆ ਸੀ ਕਿ ਇੰਨੇ ਕੁ ਸਾਰੇ ਆ ਰਹੇ। ਉਹਨਾਂ ਨੂੰ ਉਦੋਂ ਹੀ ਪਤਾ ਲੱਗਿਆ ਕਿ ਜਦੋਂ ਤੁਸੀਂ ਸਟੇਜ ਤੋਂ ਪਾਤੀ, ਔਰ ਤੁਸੀਂ ਆਪ ਦੇਖੋ ਉਸ ਗੱਲ ਨੂੰ, ਤੁਹਾਡਾ ਜਥੇਦਾਰ ਇਹਦੇ ਪੱਖ 'ਚ ਇੱਕ ਅੱਖਰ ਕਹਿਣ ਨੂੰ ਤਿਆਰ ਨਹੀਂ। ਅਤੇ ਮੈਨੂੰ ਪਤਾ ਕੀ ਕਹਿੰਦਾ, ਮੈਨੂੰ ਪਤਾ ਤੁਹਾਡੇ 'ਚ ਸ਼ਰਧਾ ਕਿੰਨੀ ਕਹਿੰਦੀ। ਗੁਰੂ ਪਿਆਰੋ ਹੁਣ ਸ਼ਰਧਾ 'ਤੇ ਵੀ ਗੱਲ ਆ ਗਈ, ਲੰਬਾ ਸਮਾਂ ਮੇਰੇ ਕੋਲ ਸ਼ਾਮ ਦੇ 6 ਵਜੇ ਤੱਕ ਗੱਲਾਂ ਤੁਹਾਡੇ ਨਾਲ ਬਹੁਤ ਕਰਨੀਆਂ। ਨਹੀਂ ਨਹੀਂ ਤੁਸੀਂ ਘਬਰਾਓ ਨਹੀਂ, ਮੈਂ ਪਹਿਲਾਂ ਮੈਨੂੰ ਮੇਰਾ ਮਤਲਬ ਤੁਹਾਨੂੰ ਹਸਾ ਲਈਏ ਥੋੜ੍ਹਾ, ਨਹੀਂ ਤਾਂ ਸੀਰੀਅਸ ਹੋ ਗਏ ਤਾਂ ਔਖਾ ਹੋ ਜਾਏਗਾ ਆਪਾਂ ਨੂੰ। ਅਸੀਂ ਸਿੱਖਾਂ ਨੇ ਸ਼ਰਧਾ ਦਾ ਲਫ਼ਜ਼ ਗਲਤ ਦਿਮਾਗ 'ਚ ਪਾਇਆ ਹੋਇਆ। ਸ਼ਰਧਾ ਦਾ ਮਤਲਬ ਵਿਸ਼ਵਾਸ ਨਹੀਂ ਹੁੰਦਾ। ਤੁਸੀਂ ਰਹਿਰਾਸ ਸ਼ਾਮ ਨੂੰ ਪੜ੍ਹਦੇ ਹਾਂ, ਅੰਤਰਜਾਮੀ ਪੁੱਠ ਵਧਾਤੇ ਸ਼ਰਧਾ ਮਨ ਕੀ ਪੂਰੇ, ਕੀ ਮਤਲਬ ਬਣਿਆ ਜੀ? ਵਿਸ਼ਵਾਸ ਪੂਰਿਆ ਨਹੀਂ ਜਾਂਦਾ, ਸਾਰੇ ਪੰਜਾਬੀ ਸਮਝਦੇ ਆ, ਵਿਸ਼ਵਾਸ ਪੂਰਿਆ ਨਹੀਂ ਜਾਂਦਾ ਹੁੰਦਾ। ਵਿਸ਼ਵਾਸ ਜਾਂ ਹੁੰਦਾ ਜਾਂ ਨਹੀਂ ਹੁੰਦਾ, ਮਨ ਕੀ ਇੱਛਾ ਪੂਰਨ ਦੀ ਗੱਲ। 47 ਵਾਰੀ ਸ਼ਬਦ ਇੱਛਾ ਗੁਰੂ ਗ੍ਰੰਥ ਸਾਹਿਬ 'ਚ ਆਉਂਦਾ, ਔਰ ਮੈਂ ਜਿੰਨੀ ਕੁ ਸਰਚ ਕਰਕੇ ਮੈਂ ਦੇਖਿਆ, ਉੱਥੇ ਇੱਛਾ ਤੋਂ ਹੀ ਮੁਰਾਦ ਹੈ। ਅੰਤਰਜਾਮੀ ਪੁੱਠ ਵਧਾਤੇ ਸ਼ਰਧਾ ਮਨ ਕੀ ਪੂਰੇ ਕੀ ਹੈ? ਨਾਨਕ ਦਾਸਿਆਂ ਸੁਖ ਮੰਗਾ ਮੋਕੋ ਕਰ ਸੰਤਨ ਕੀ ਤੂੰ, ਚੰਗੇ ਗੁਣਾਂ ਨਾਲ ਮੈਨੂੰ ਜੋੜ ਦਿਓ। ਅਸੀਂ ਸ਼ਰਧਾ, ਉਹ ਮੇਰੀ ਬੜੀ ਸ਼ਰਧਾ ਜੀ, ਮੈਂ $2 ਗੋਲ ਪਾਉਣਾ, ਇਹਨਾਂ ਪੈਸਿਆਂ ਦੀ ਲੋੜ ਨਹੀਂ ਹੈ। ਮੈਂ ਵੇਖਿਆ ਸਾਡੇ ਸਿੱਖਾਂ ਨੂੰ, ਮੈਂ ਕਿਸੇ 'ਤੇ ਪਰਸਨਲ ਨਹੀਂ ਅਟੈਕ ਕਰਦਾ, ਸਿੱਖਾਂ ਨੂੰ ਮੱਥਾ ਟੇਕਣਾ ਨਹੀਂ ਆਇਆ। ਇੱਥੇ ਮੱਥਾ ਟੇਕਦੇ ਹਾਂ, ਪਿੱਛੇ ਵੀ ਟੇਕਦੇ ਹਾਂ, ਉੱਧਰ ਵੀ ਟੇਕਦੇ ਹਾਂ, ਇੱਧਰ ਵੀ ਟੇਕਦੇ ਹਾਂ। ਕਦੇ ਕਿਸੇ ਨੇ ਇਹਨੂੰ, ਜਦੋਂ ਅਸੀਂ ਤੁਮੋ ਰਾਜ ਸਭ ਰਾਜਨ ਕੇ ਰਾਜਾ, ਕਿਤੇ ਕਿਸੇ ਨੇ ਰਾਜੇ ਦੇ ਦਰਬਾਰ 'ਚ ਜਾ ਕੇ ਉਹਦੇ ਪਿੱਛੇ ਮੱਥਾ ਟੇਕਿਆ ਹੈ? ਨਹੀਂ ਟੇਕਿਆ। ਅਸੀਂ ਤਾਂ ਗੋਲਕ ਨੂੰ ਮੱਥਾ ਟੇਕ ਰਹੇ ਹਾਂ, ਰਾਜੇ ਨੂੰ ਜਿਹਨੂੰ ਅਸੀਂ ਰਾਜਾ ਮੰਨਦੇ, ਤਾਂ ਮੱਥਾ ਤਾਂ ਟੇਕ ਹੀ ਨਹੀਂ, ਮੱਥਾ ਕਦਾ ਟੇਕਣਾ ਸੀ? ਤੁੱਧ ਨੂੰ ਨਿਵਣ ਮੰਨਣ ਤੇਰਾ ਨਾਉ, ਸਾਚ ਭੇਟ ਵੈਸਣ ਕੋ ਥਾਉ। ਅਰਦਾਸ ਕਰਕੇ ਅਸੀਂ ਦੁੱਧ ਪੁੱਤ ਮੰਗੀ ਜਾਂਦੇ ਹਾਂ, ਉਹ ਸਾਧ ਦਿੰਦੇ ਆ, ਇਹਦੇ ਕੋਲ ਨਹੀਂ ਹੈ।
ਇਹਦੇ ਕੋਲ ਕੀ ਹੈ? ਸਤ ਸੰਤੋਖ ਹੋਵਾ ਅਰਦਾਸ ਤਾਂ ਸੁਣ ਸਤ ਬਹਾਲੇ ਪਾਸ। ਤੁਸੀਂ ਗੁਰਦੁਆਰੇ ਅੱਗੇ ਆਏ ਨਹੀਂ, ਪਹਿਲਾਂ ਹੀ ਰਾਗੀ ਸਿੰਘ ਕਹਿਣਗੇ ਤੁਹਾਡੀ ਹਾਜ਼ਰੀ ਲੱਗਦੀ, ਡਾਲਰ ਪੰਜ ਦਿਓ, ਜਿਵੇਂ ਗੁਰੂ ਸਾਹਿਬ ਨੇ ਇੱਦਾਂ ਰਜਿਸਟਰ 'ਚ ਟਿਕ ਮਾਰ ਕਰਨੀ ਹੁੰਦੀ। ਇੱਦਾਂ ਦੀਆਂ ਹਾਜ਼ਰੀਆਂ ਇੱਥੇ ਨਹੀਂ, ਇਹ ਗਿਆਨ ਪ੍ਰਾਪਤ ਕਰਨ ਤੋਂ ਸੀ ਮੁਰਾਦ। ਸਤ ਸੰਤੋਖ ਹੋਵੇ ਅਰਦਾਸ ਤਾਂ ਸੁਣ ਸਤ ਬਹਾਲੇ ਪਾਸ, ਸਤ ਦੇ ਸੰਤੋਖ ਦੀ ਅਰਦਾਸ ਹੋਣੀ ਚਾਹੀਦੀ। ਅਸੀਂ ਕੁਛ ਨਹੀਂ, ਅਸੀਂ ਕੀ ਕਰੀ ਜਾਂਦੇ? ਗੁਰੂ ਸਾਹਿਬ ਦੇ ਸਮਕਾਲੀ ਰਾਈਟਰਾਂ ਨੇ ਇਹਦੇ ਬਾਰੇ, ਦਸਮ ਗ੍ਰੰਥ ਬਾਰੇ ਕੋਈ ਰੈਫਰੈਂਸ ਨਹੀਂ ਦਿੱਤਾ। ਹੁਣ ਮੈਂ ਤੁਹਾਨੂੰ 1812 'ਤੇ ਲੈ ਗਿਆ, ਲੈਫਟੀਨੈਂਟ ਕਰਨਲ ਜੌਨ ਮਾਲਕਮ ਦੀ ਲਿਖੀ ਕਿਤਾਬ, ਸੱਜਣ ਨਾਂ ਨੋਟ ਕਰ ਲੈਣ, 1812 ਦੇ ਵਿੱਚ ਛਪੀ ਹੈ। ਇਹ ਕੋਈ ਹਿੰਦੁਸਤਾਨ ਦੀ ਪ੍ਰਿੰਟਿੰਗ ਪ੍ਰੈਸ 'ਤੇ ਨਹੀਂ ਛਪੀ ਹੋਈ, ਵੀ ਜਿਹਨਾਂ ਨੇ ਕਿਤੇ ਸੰਨ ਪਿਛਾਂ ਕਰਕੇ ਪਤਾ ਹੋਇਆ। 1812 ਸਕਿਚ SKETCH ਆਫ 6, ਉਹਦੇ ਵਿੱਚ ਉਹ ਜ਼ਿਕਰ ਕਰਦਾ ਕਿ ਸਾਨੂੰ ਦੋ ਬੀੜਾਂ ਬੜੀ ਮੁਸ਼ਕਲ ਨਾਲ ਮਿਲੀਆਂ, ਇੱਕ ਆਦਿ ਗ੍ਰੰਥ, ਇੱਕ ਦਸਵੇਂ ਪਾਤਸ਼ਾਹ ਦਾ ਗ੍ਰੰਥ। ਗੱਲ ਦਸਵੇਂ ਪਾਤਸ਼ਾਹ ਕੇ ਗ੍ਰੰਥ ਦੀ ਚੱਲ ਰਹੀ ਹੈ, ਸ੍ਰੀ ਦਸਮ ਗੁਰੂ ਗ੍ਰੰਥ ਦੀ ਨਹੀਂ ਚੱਲ ਰਹੀ, ਜਿਹੜਾ ਮੈਂ ਤੁਹਾਨੂੰ ਵਿਖਾ ਰਿਹਾ ਇਹਦੀ ਨਹੀਂ। ਔਰ ਉਹ ਕਹਿੰਦਾ ਪਹਿਲਾਂ ਉਸ ਗ੍ਰੰਥ ਦੇ ਉੱਤੇ ਨਾਂ ਹਿੰਦੀ 'ਚ ਲਿਖਿਆ ਹੋਇਆ ਸੀ, ਕੱਟ ਕੇ ਪੰਜਾਬੀ 'ਚ ਕੀਤਾ। ਔਰ ਇਹ ਗ੍ਰੰਥ ਦੇ ਬਾਰੇ ਹੁਣ ਆਪਾਂ ਗੱਲ ਕਰ ਲਈਏ ਕਿ ਅੰਮ੍ਰਿਤਸਰ ਦੇ ਵਿੱਚ 1892 ਦੇ ਵਿੱਚ 32 ਬੀੜਾਂ ਇਕੱਠੀਆਂ ਕਰਕੇ, 32 ਬੀਡਸ ਡਿਫਰੈਂਟ, ਉਹਨਾਂ ਤੋਂ ਇਹ 1897 'ਚ ਤਿਆਰ ਕੀਤਾ ਗਿਆ ਅਤੇ 1902 'ਚ ਪਹਿਲੀ ਵਾਰ ਪ੍ਰਿੰਟ ਹੋ ਕੇ ਇਸ ਤਰ੍ਹਾਂ ਤੁਹਾਡੇ ਸਾਹਮਣੇ ਆਉਂਦਾ। ਇਹ ਹੈ ਇਹਦੀ ਬਣਾਉਣ ਦੀ ਹਿਸਟਰੀ। ਸਾਡੇ ਕੋਲ ਟੋਰਾਂਟੋ ਦੇ ਵਿੱਚ ਵਰਲਡ ਸਿੱਖ ਆਰਕਾਈਵ ਦੇ ਵਿੱਚ ਵਿਚਿੱਤਰ ਨਾਟਕ ਪਿਆ ਹੈ, ਜਿਹੜੇ ਵਿਚਿੱਤਰ ਨਾਟਕ ਤੁਸੀਂ ਛੋਟੀ ਛੋਟੀ ਜਿਹੀ ਕਿਤਾਬ 'ਚ ਜਾਂ ਐਡਾ ਕਿਤਾਬ 'ਚ ਲੈਂਦੇ ਨਾ, ਓਨਾ ਹੀ ਨਹੀਂ ਵਿਚਿੱਤਰ ਨਾਟਕ, ਉਹ ਇੱਕ ਇਹਦਾ ਇੱਕ ਹਿੱਸਾ ਹੈ ਜਿਹਨੂੰ ਅਸੀਂ ਗੁਰੂ ਸਾਹਿਬ ਦੀ ਆਤਮ ਕਥਾ ਕਹਿੰਦੇ ਹਾਂ। ਹੁਣ ਆਤਮ ਕਥਾ ਦੀ ਗੱਲ ਆਈ ਤਾਂ ਮੈਨੂੰ ਇਹਦੇ 'ਚ ਥੋੜ੍ਹਾ ਜਿਹਾ ਹੋਰ ਪਿੱਛੇ ਜਾਣਾ ਪਏਗਾ। ਸਿੱਖ ਗੁਰੂਆਂ ਨੇ ਕਿਸੇ ਨੇ ਵੀ ਆਪਣੀ ਆਤਮ ਕਥਾ ਨਹੀਂ ਲਿਖੀ, ਸਾਡੇ ਇਹ ਰਿਵਾਜ਼ ਨਹੀਂ। ਗੁਰੂ ਨਾਨਕ ਸਾਹਿਬ ਇੱਕ ਸਲੋਕ ਆਉਂਦਾ ਯਾਦ ਮੈਨੂੰ, ਕਤਕੀ ਮਾਈ ਬਾਪ ਕਤ ਕੇਰਾ ਕਿਤੂ ਥਾਵੋਂ ਹਮ ਆਏ, ਅਗਨ ਬਿੰਬ ਜਲ ਪੀਤਰ ਨਿਪਜਾ, ਕਾਹੇ ਕੰਮ ਉਪਾਏ ਮੇਰੇ ਸਾਹਿਬਾ, ਕਹੋ ਜਾਣਾ ਗੁਣ ਤੇਰੇ ਕਹੀ ਨਾ ਜਾਏ ਆਗੁਣ ਮੇਰੇ। ਗੁਰੂ ਨਾਨਕ ਸਾਹਿਬ ਕਹਿੰਦੇ ਪਹਿਲਾਂ ਮੇਰਾ ਕਿਹੜਾ ਬਾਪ ਸੀ, ਕੌਣ ਮੇਰੀ ਮਾਂ ਸੀ, ਮੈਨੂੰ ਤਾਂ ਅੱਜ ਨਹੀਂ ਪਤਾ ਵੀ ਮੇਰੇ ਅੱਜ ਵਾਲੇ ਮਾਂ ਬਾਪ ਨੇ ਆਪਣੇ ਸੰਯੋਗ ਤੋਂ ਮੈਨੂੰ ਕਾਹਦੇ ਵਾਸਤੇ ਪੈਦਾ ਕੀਤਾ। ਗੁਰੂ ਨਾਨਕ ਸਾਹਿਬ ਦੀ ਬਾਣੀ ਹੈ ਇਸ ਗੁਰੂ ਗ੍ਰੰਥ ਸਾਹਿਬ 'ਚ ਦਰਜ ਆ। ਉਹ ਕਹਿੰਦੇ ਸਾਨੂੰ ਤਾਂ ਅੱਜ ਨਹੀਂ ਪਤਾ ਵੀ ਮੈਂ ਕੱਲ੍ਹ ਨੂੰ ਕੀ ਕਰਨਾ, ਕਿਉਂਕਿ ਉਹ ਪਰਮਾਤਮਾ ਦੀ ਰਜ਼ਾ 'ਚ ਕਹਿੰਦੇ ਜਿੱਥੇ ਪਰਮਾਤਮਾ ਤੂੰ ਤੋਰੇਗਾ ਮੈਂ ਉੱਧਰ ਜਾਣਾ। ਔਰ ਇਹ ਗੁਰੂ ਗੋਬਿੰਦ ਸਿੰਘ ਜੀ ਤੋਂ ਆਤਮ ਕਥਾ ਮੈਂ ਨੋਟ ਕੀਤਾ ਹੋਇਆ ਵੀ ਸਾਹਿਬ ਦੇਵਾਂ ਕਿਵੇਂ ਆਈ, ਜਦੋਂ ਮੈਂ ਉੱਥੇ ਬੈਠਾ ਸੁਣ ਰਿਹਾ ਸੀ। ਇਹਦੇ ਵਿੱਚ ਜਦੋਂ ਤੁਸੀਂ ਟੋਟਲ ਆਪਣਾ ਦੇਖੋਗੇ ਨਾ ਵਿਚਿੱਤਰ ਨਾਟਕ, ਅਤੇ ਜਦੋਂ ਪੰਡਿਤ ਦੇ ਥੱਲੇ ਵਿਛੀ ਹੋਈ ਸ਼ੇਰ ਦੀ ਖੱਲ ਨੂੰ ਝਾੜਿਆ ਜਾਂਦਾ ਅਤੇ ਦੇਵੀ ਦੇ ਪਿੱਛੇ ਦੈਂਤ ਲੱਗੇ ਹੋਏ ਅਤੇ ਭੱਜੇ ਜਾ ਰਹੇ ਆ, ਤਾਂ ਪੰਡਿਤ ਖੱਲ ਝਾੜਦਾ, ਉਹਦੇ ਵਿੱਚੋਂ ਦੁਸ਼ਟ ਦਮਨ ਨਾਂ ਦਾ ਮਤਲਬ ਪੈਦਾ ਹੁੰਦਾ ਹੈ। ਹੁਣ ਦੇਵੀ ਤਾਂ ਉੱਥੋਂ ਭੱਜੀ ਜਾ ਰਹੀ ਹੈ ਅਤੇ ਦੁਸ਼ਟ ਦਮਨ ਗੁਰੂ ਗੋਬਿੰਦ ਸਿੰਘ ਜੀ ਨੂੰ ਬਣਾਇਆ ਗਿਆ ਪਿਛਲੇ ਜਨਮ 'ਚ। ਕੋਈ ਮਾਂ ਕਹਿ ਸਕਦੀ ਹੈ ਕਿ ਉਹਦਾ ਜਿਹੜਾ ਅੱਜ ਬੱਚਾ ਛੋਟਾ ਬੈਠਾ ਇਹ ਪਿਛਲੇ ਜਨਮ 'ਚ ਕੀ ਸੀ? ਇਹ ਬੱਚਾ ਨਹੀਂ ਦੱਸ ਸਕਦਾ। ਪਰ ਸਾਡੇ ਸਮਾਜ ਦੇ ਵਿੱਚ ਪੰਜਾਬੀਆਂ 'ਚ ਇਹ ਗੱਲ ਉੜਾ ਦਿੱਤੀ ਗਈ ਹੈ ਕਿ ਜਿਵੇਂ ਜਿਵੇਂ ਬੱਚਾ ਵੱਡਾ ਹੁੰਦਾ ਆਪਣੀ ਪਿਛਲੀ ਸ਼ਕਤੀ ਯਾਦ ਸ਼ਕਤੀ ਕਮਜ਼ੋਰ ਕਰੇ। ਮੇਰਾ ਬਾਪ ਅਨਪੜ੍ਹ ਸੀ ਔਰ ਉਹ ਇਹ ਗੱਲਾਂ ਮੈਨੂੰ ਸੁਣਾਉਂਦਾ ਸੀ, ਮੈਂ ਛੋਟਾ ਸੀ, ਮੈਨੂੰ ਪਤਾ ਨਹੀਂ ਸੀ। ਜਦੋਂ ਮੈਂ ਗੁਰੂ ਗ੍ਰੰਥ ਸਾਹਿਬ ਪੜ੍ਹਿਆ, ਇੱਕ ਹੋਰ ਗੱਲ ਦੱਸਾਂ, ਬੜਾ ਅਫਸੋਸ ਨਾਲ ਕਹਿਣਾ ਪੈਂਦਾ ਹੈ ਕਿ ਜਿੰਨੇ ਪ੍ਰਚਾਰਕ ਹੁੰਦੇ ਉਹ ਕਹਿੰਦੇ ਇਹ ਬਹੁਤ ਮਹਿੰਗੀ ਬਾਣੀ ਹੈ। ਡਰਾ ਦਾ
ਜਿਹੜੇ ਜਿਹੜਾ ਪ੍ਰਚਾਰਕ ਤੁਹਾਨੂੰ ਸਟੇਜ 'ਤੇ ਖੜ ਕੇ ਡਰਾਉਂਦਾ ਹੈ ਉਹ ਵੀਰੋ ਤੁਹਾਡਾ ਨਹੀਂ। ਜਿਹੜਾ ਪ੍ਰਚਾਰਕ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੋੜਨਾ ਚਾਹੁੰਦਾ ਉਹ ਕਹੇਗਾ ਸੌਖਾ ਹੈ, ਜਿਸ ਤਰ੍ਹਾਂ ਸਰਦਾਰ ਕੁਲਦੀਪ ਸਿੰਘ ਹੁਣ ਕਿਹਾ ਸੀ ਠਾਕਰ ਮੇਰਾ ਭਾਰਾ। ਇਹਦੇ 'ਚ ਕੀ ਟ੍ਰਾਂਸਲੇਸ਼ਨ ਕਰਨ ਦੀ ਲੋੜ, ਤੁਸੀਂ ਸਾਰੇ ਸਮਝਦੇ ਹੋ। ਜਿਹੜਾ ਪ੍ਰਚਾਰਕ ਸਟੇਜ 'ਤੇ ਬੈਠ ਕੇ ਤੁਹਾਨੂੰ ਡਰਾਉਂਦਾ ਉਹਨੂੰ ਡਾਲਰ ਦੇਣੇ ਬੰਦ ਕਰੋ, ਉਹ ਤੁਹਾਡਾ ਨਹੀਂ, ਉਹ ਹੋਰ ਕਿਸੇ ਦਾ ਭੇਜਿਆ ਹੋਇਆ, ਤੁਹਾਡੇ ਕੋਲ ਸਿੱਖੀ ਸਰੂਪ 'ਚ ਆਇਆ ਹੋਇਆ, ਤੁਹਾਡਾ ਨਹੀਂ। ਬਾਣੀ ਨੂੰ ਇਹ ਜਨਰਲ ਨੌਲੇਜ ਦੀਆਂ ਗੱਲਾਂ, ਪਰ ਕਹਿੰਦੇ ਹੁੰਦੇ ਜਨਰਲ ਨੌਲੇਜ ਇਜ਼ ਨਾਟ ਦੈਟ ਜਨਰਲ। ਗੁਰੂ ਸਾਹਿਬ ਨੇ ਸਾਡੀ ਬੋਲੀ 'ਚ ਲਿਖ ਕੇ ਸਮਝਾਇਆ ਵੀ ਭੂਤ ਪ੍ਰੇਤ ਨਹੀਂ ਹੁੰਦੇ, ਟੂਣਾ ਟਾਮਣਾ ਨਹੀਂ ਹੁੰਦਾ। ਮੈਂ 150 ਟੂਣਿਆਂ ਦੇ ਨੇੜੇ ਚੁੱਕ ਕੇ ਆਪ ਖਾਧੇ ਆ, ਜਿਹੜੇ ਸੱਜਣ ਕਿਤੇ ਮੇਰੇ ਇਲਾਕੇ ਦੇ ਹੋਣਗੇ ਉਹ ਜਾਣਦੇ ਹੋਣਗੇ, ਘਣੀ ਵਾਲੇ ਅਤੇ ਪਜਾਉਣ ਵਾਲੇ ਦੇ ਵਿਚਕਾਰ ਇੱਕ ਚੁਰਸਤਾ ਪੈਂਦਾ ਅਤੇ ਸਾਨੂੰ ਇਹ ਸਮਝਾਇਆ ਜਾਂਦਾ ਵੀ ਟੂਣਾ ਉੱਥੇ ਕਰਨਾ। ਅਤੇ ਅਸੀਂ ਕਾਲਜ ਜਾਂਦੇ ਹਾਂ ਨੇ ਜਦੋਂ ਪਹਿਲੇ ਦਿਨ ਟੂਣਾ, ਮੈਂ ਤੁਹਾਨੂੰ ਸਲੀਅਤ ਗੱਲਾਂ ਦੱਸਣਾ, ਇਹਦੇ ਬਾਰੇ ਵੀ ਗੱਲਾਂ ਕਰਾਂਗੇ, ਹੋਰ ਵੀ ਬੜੀਆਂ ਗੱਲਾਂ ਕਰਨ ਵਾਲੀਆਂ। ਅਸੀਂ ਚੁੱਕ ਲਿਆ ਟੂਣਾ, ਸਰਦੀਆਂ ਦਾ ਦਿਨ ਸੀ, ਕੁੱਕੜ ਉੱਤੇ ਛੱਡਿਆ ਹੋਇਆ ਸੀਗਾ ਅਤੇ ਨਾਲ ਕੁਛ ਪੈਸੇ ਪੂਸੇ ਚੁੱਕੇ ਸੀ, ਦੁਬਾਰਾ ਵਪਾਰੇ ਜਿਹੜੇ ਕੋਈ ਖਾਣ ਵਾਲੀਆਂ ਚੀਜ਼ਾਂ ਸੀ ਸਨੂਰ ਨੂੰ ਪਾਸੇ ਕੀਤਾ, ਖਾ ਖੂ ਕੇ ਅਸੀਂ ਕਾਲਜ ਨੂੰ ਚਲੇ ਗਏ ਅਤੇ ਕੁੱਕੜ ਹੁਣ ਅਸੀਂ ਕੁਛ ਨਹੀਂ ਸੀ ਕਰ ਸਕਦੇ। ਅਸੀਂ ਉੱਥੇ ਜਾ ਕੇ ਕੰਟੀਨ ਵਾਲਿਆਂ ਨੂੰ ਪੁੱਛਿਆ ਉਹ ਵੀ ਇੱਕ ਟੋਕਰਾ ਦੇ ਦਿਓ, ਅਤੇ ਉਹ ਕੁੱਕੜ ਦੇ ਸਿਰ 'ਤੇ ਜਿਹੜਾ ਸੰਦੂਰ ਲਾਇਆ ਸੀ ਉਹ ਮੈਂ ਪਾਣੀ ਨਾਲ ਸੂਏ ਦੇ ਨਾਲ ਧੋਤਾ ਵੀ ਇਹਨੂੰ ਪਤਾ ਨਾ ਲੱਗੇ ਵੀ ਇਹ ਟੂਣੇ ਵਾਲਾ ਹੈ। ਅਤੇ ਉਹ ਕੁੱਕੜ ਤੋਂ ਮਤਲਬ ਠੰਡੇ ਪਾਣੀ ਨਾਲ ਹੋਰ ਸੁੰਘੜ ਗਿਆ ਅਤੇ ਉਹ ਕਹਿੰਦਾ ਬਿਮਾਰ ਹੈ। ਮੈਂ ਕਿਹਾ ਬਿਮਾਰ ਨਹੀਂ, ਮੈਂ ਆ ਕੇ ਦੱਸਦਾ ਮੈਂ ਕਾਲਜ 'ਚ ਆਇਆ ਹਾਂ। ਕਾਲਜ ਤੋਂ ਬਾਅਦ ਆਇਆ ਕੁੱਕੜ ਨੂੰ ਲੱਗਾ ਆਪਣਾ ਸੇਕ, ਪਾਣੀ ਅਸੀਂ ਕੋਲੀ 'ਚ ਰੱਖ ਗਏ ਸੀ, ਕੁੱਕੜ ਛਾਲਾਂ ਮਾਰੇ ਮੈਨੂੰ ਕਹਿੰਦਾ ਫੌਜੀ ਕਹਿੰਦਾ ਵੀ ਕਿੰਨੇ ਪੈਸੇ ਲੈਣੇ ਆ। ਮੈਂ ਕਿਹਾ ਯਾਰ ਇਹ ਕੁੱਕੜ ਸਾਡਾ ਕਰਦਾ ਹੈ ਰੱਖਿਆ ਹੋਇਆ ਵੀ ਬਿੱਲੀ ਪੈ ਗਈ ਸੀ ਅਤੇ ਉਹ ਬਾਕੀ ਤਾਂ ਕੁਛ ਖਾ ਗਈ, ਇਹ ਬਚ ਗਿਆ। ਮੈਂ ਕਿਹਾ ਹੁਣ ਇਹਨੂੰ ਵੇਚ ਦਿਓ ਨਹੀਂ ਤਾਂ ਬਿੱਲੀ ਕੱਲ੍ਹ ਨੂੰ ਇਹ ਵੀ ਖਾ ਲਈ। ਮੈਨੂੰ ਕਹਿੰਦਾ 5 ਰੁਪਏ ਅਸੀਂ ਕੀ ਪਾਲਦੇ ਸੀ, ਉਹਨਾਂ ਕੀ ਪਾਲੇ 2 ਅੱਖਾਂ। ਅਸੀਂ 5 ਰੁਪਏ ਲਏ, 4 ਬੰਦੇ ਸੀ, ਚਾਰਾਂ ਨੇ ਕਿਲੋ ਕਿਲੋ ਦੁੱਧ ਪੀਤਾ ਅਤੇ 1 ਰੁਪਏ ਦੇ ਛੁਹਾਰੇ ਲੈ ਰਹੇ ਉਹ ਆ ਗਏ। 5 ਛੁਹਾਰਿਆਂ ਨੂੰ 4 ਬੰਦਿਆਂ 'ਚ ਵੰਡਣ ਵਾਸਤੇ ਲੜ ਪਏ। ਜਿਹੜਾ ਬਾਬੇ ਨੇ ਸਵੇਰੇ ਕੁੱਕੜ ਛੱਡਿਆ ਸੀ ਉਸੇ ਦੁਕਾਨ 'ਚ ਬੈਠਾ ਹੀ, ਅਸੀਂ ਉਹਦੇ 'ਤੇ ਡਿੱਗ ਪਏ ਅਤੇ ਉਹ ਮੈਨੂੰ ਕਹਿੰਦਾ ਕੀ ਗੱਲ ਹੋ ਗਈ। ਮੈਂ ਕਿਹਾ ਬਾਬਾ ਸਾਡੇ 'ਚ ਕੁੱਕੜ ਆ ਗਿਆ। ਕਹਿੰਦਾ ਸਾਰਾ ਉਹ ਤਾਂ ਮੈਂ ਛੱਡਿਆ ਸੀ, ਉਹਨੇ ਮੈਨੂੰ ਗਾਲ ਕੱਢੀ ਆ। ਮੈਂ ਤਾਂ ਮੈਂ ਕਿਹਾ ਬਾਬਾ ਤੇਰੇ ਤਾਂ ਹੁਣ ਵੱਜਣੀਆਂ ਹੀ ਸੀ। ਸੋ ਮੈਂ ਤੁਹਾਡੇ ਚਾਹੁੰਦਾ ਜਾਗਦਾ ਸਾਹਮਣੇ ਖੜਾ, ਕੋਈ ਟੂਣਾ ਨਹੀਂ ਹੁੰਦਾ, ਮੈਂ ਕੋਈ ਨਹੀਂ ਛੱਡਿਆ, ਚੁੱਕ ਕੇ ਖਾਧਾ ਜੋ ਵੀ ਕਿਸੇ ਨੇ ਛੱਡਿਆ, ਕੋਈ ਟੂਣਾ ਤੁਹਾਡੇ 'ਤੇ ਡਿੱਗਦਾ ਨਹੀਂ। ਜੇ ਤੁਹਾਡੇ ਘਰੇ ਕੋਈ ਪ੍ਰੋਬਲਮ ਹੈ, ਨੂੰ ਸੱਸ ਦੀ ਪ੍ਰੋਬਲਮ ਹੈ, ਪਿਓ ਪੁੱਤ ਦੀ ਪ੍ਰੋਬਲਮ ਹੈ, ਧੀ ਨੂੰ ਧੀ ਦੀ ਪ੍ਰੋਬਲਮ ਹੈ, ਇਹ ਬੈਠ ਕੇ ਡਿਸਕਸ਼ਨ ਕਰਨ ਰਾਹੀਂ ਸੋਲਵ ਹੁੰਦੀ ਹੈ। ਕੋਈ ਬੰਦਾ ਤੁਹਾਡੇ ਘਰ ਦੀ ਪ੍ਰੋਬਲਮ ਸੋਲਵ ਨਹੀਂ ਕਰ ਸਕਦਾ। ਮੈਂ ਫਿਰ ਆਤਮਕਥਾ ਵਾਲੀ ਨੂੰ ਮੁੜ ਕੇ ਆਵਾਂ। ਜਿਹੜੀ ਆਤਮਕਥਾ ਉਹਦੇ ਵਿੱਚ ਜਦੋਂ ਉੱਥੇ ਸਟੇਜ 'ਤੇ ਆਪਣੇ ਬਾਹਮਣ ਦੇ ਥੱਲੋਂ ਖੱਲ ਝਾੜੀ ਜਾਂਦੀ ਹੈ ਅਤੇ ਉਹਦੇ ਵਿੱਚੋਂ ਦੁਸ਼ਟ ਦਮਨ ਪੈਦਾ ਹੁੰਦਾ ਅਤੇ ਦੁਸ਼ਟ ਦਮਨ ਉਹ ਦੈਂਤਾਂ ਦੇ ਨਾਲ ਲੜਾਈ ਕਰਦਾ ਅਤੇ ਦੈਂਤ ਮਾਰ ਕੇ ਭਜਾ ਦਿੰਦਾ ਪਸੰਦ। ਫਿਰ ਦੇਵੀ ਮੁੜ ਕੇ ਆਉਂਦੀ ਹੈ, ਉਹ ਕਹਿੰਦੀ ਹੈ ਆਲੂ ਖੰਡਾ, ਇਹਦੇ ਨਾਲ ਜਾ ਕੇ ਤੁਸੀਂ ਦੇਖੋ। ਗੁਰੂ ਗੋਬਿੰਦ ਸਿੰਘ ਦੀ ਹਿਸਟਰੀ ਮੈਂ ਪੜ੍ਹਦਾ, ਕਿਤੇ ਗੁਰੂ ਗੋਬਿੰਦ ਸਿੰਘ ਕੋਲ ਖੰਡਾ ਹੀ ਨਹੀਂ ਹੈ, ਦੇਵੀ ਨੇ ਖੰਡਾ ਦਿੱਤਾ ਉਹਨੂੰ। ਅਤੇ ਮੈਂ ਸਵਾਲ ਪਾਇਆ ਸੀ ਜਿਹੜੇ ਇਹਦਾ ਹੱਕ 'ਚ ਬੋਲਦੇ ਦਸਮਰਾਂ ਦੇ ਵੀ ਮੈਨੂੰ ਦੱਸੋ ਵੀ ਮਾਤਾ ਗੁਜਰੀ ਦੇ ਪੇਟ ਵਿੱਚ ਜਦੋਂ ਗੁਰੂ ਗੋਬਿੰਦ ਸਿੰਘ ਜੀ ਪ੍ਰਵੇਸ਼ ਹੋਏ ਅਤੇ ਬਾਅਦ 'ਚ ਪੈਦਾ ਹੋਏ ਉਹ ਕਿਹੜੇ ਸੰਤ ਰਾਹੀਂ ਉਹ ਦੇਵੀ ਦਾ ਦਿੱਤਾ ਹੋਇਆ ਖੰਡਾ ਇਹ ਇਸ ਸੰਸਾਰ 'ਚ ਲੈ ਕੇ ਆਇਆ? ਕਿਸੇ ਕੋਲ ਹੈ ਕੋਈ ਇਸ ਗੱਲ ਦਾ ਜਵਾਬ? ਔਰ ਉਸ ਦੇਵੀ ਨੇ ਕਿਹਾ ਸੀ ਜਦੋਂ ਤੁਸੀਂ ਆਪਣਾ ਪੰਥ ਚਲਾਓਗੇ ਮੈਂ ਆ ਕੇ ਤੇਰੀ ਸਹਾਇਤਾ ਕਰਾਂਗੀ। ਪਤਾਸੇ ਉਸ ਦੇਵੀ ਨੇ ਪਾਏ, ਉਹਦਾ ਨਾਂ ਹੈ ਸਹਿਤ ਦੇਵਾ। ਗੁਰੂ ਸਾਹਿਬ ਅਯਾਸ਼ ਨਹੀਂ ਸੀ, ਇਹ ਗੱਲ ਪਹਿਲਾਂ ਹੋ ਚੁੱਕੀ ਆ ਵੀ ਉਹ 4-4 3-3 ਵਿਆਹ ਕਰਾਉਣ। ਜੀਤੋ ਹੀ ਮਾਤਾ ਸੁੰਦਰੀ ਹੈ ਅਤੇ ਮਾਤਾ ਸੁੰਦਰੀ ਹੀ ਜੀਤੋ ਹੈ। ਸਹਿਬ ਦੇਵਾਂ ਉਹ ਦਸਮ ਗ੍ਰੰਥ ਦੀ ਦੇਣ ਹੈ। ਅਤੇ ਮੈਂ ਤੁਹਾਨੂੰ ਇਹ ਦੱਸਾਂ ਕਿ ਸਾਰੇ ਦਾ ਸਾਰਾ ਜਿਹੜਾ ਸਾਡੇ ਕੋਲ ਵਿਚਿੱਤਰ ਨਾਟਕ ਪਿਆ ਆਪਣੇ ਟੋਰਾਂਟੋ 'ਚ ਹੈਗਾ, ਸਾਡੇ ਕੋਲ ਕਿਸੇ ਨੇ ਆਉਣਾ ਹੋਵੇ
ਉਹ ਮੇਨ ਹਿੱਸਾ ਇਹਦੇ ਵਿੱਚ ਹੈ। ਔਰ ਇਸ ਗ੍ਰੰਥ ਦੇ ਵਿੱਚ 144 ਵਾਰੀ ਰੈਫਰੈਂਸ ਆਉਂਦਾ ਹੈ ਦਸ ਆਪਣੇ ਵਿਚਿੱਤਰ ਨਾਟਕ ਦਾ। ਇਹ ਸ੍ਰੀ ਵਿਚਿੱਤਰ ਨਾਟਕ ਲਿਖੀਏ ਅਤੇ ਇਹ ਸ੍ਰੀ ਵਿਚਿੱਤਰ ਨਾਟਕ ਲਿਖੀਏ ਅਤੇ ਇਹ ਇੰਨੀ ਤਾਂ ਮੈਂ ਤੁਹਾਨੂੰ ਹਿਸਟਰੀ ਦੱਸੀ। ਹੁਣ ਮੈਂ ਇਹਦੇ ਜਾਪ ਬਾਰੇ ਗੱਲ ਕਰਾਂ। ਕਿਸੇ ਨੂੰ ਕੋਈ ਪਤਾ ਨਹੀਂ ਵੀ ਗੁਰੂ ਸਾਹਿਬ ਨੇ ਬਾਣੀਆਂ ਕਿਹੜੀਆਂ ਪੜ੍ਹੀਆਂ, ਇਹ ਰਹਿਤਨਾਮੇ ਕੋਈ ਤਾਂ ਇਹਦੇ